ਕੈਨੇਡਾ ਦੇ ਵਿੱਚ ਜਿਹੜੀ ਇਹਦਾ ਜਿਹੜਾ ਇਹਦਾ ਜਿਹੜਾ ਇਹਦਾ 그래프 ਪੰਦਾ ਪਿਆ ਬਹੁਤ ਜ਼ਿਆਦਾ ਇਹਦੀ ਸੈਕੰਡ ਵੇਵ ਆ ਗਈ ਇਹ ਫਰਸਟ ਵੇਵ ਤੇ ਕੰਟਰੋਲ ਕਰ ਲਈ ਸੀ ਸੈਕੰਡ ਵੇਵ ਨੂੰ ਕੰਟਰੋਲ ਕਰਨ ਲਈ ਸਾਰਿਆਂ ਦੀ ਕੋਆਪਰੇਸ਼ਨ ਦੀ ਪੈਣੀ ਜੋ ਪਰ ਜਿਹੜਾ ਮਾਸਕ ਪਹਿਨਣਾ ਇਹ ਲਾਜ਼ਮੀ ਕਿਉਂ ਹੈ ਕਿਵੇਂ ਇਹ ਰੋਕ ਥਾਮ ਕਰਦਾ ਹੈ ਕਿਉਂਕਿ ਬਹੁਤ ਸਾਰੇ ਲੋਕ ਨੇ ਮੈਂ ਹਾਲੇ ਵੀ ਵੇਖ ਰਿਹਾ ਹਾਂ ਮਾਸਕ ਪਹਿਨਣ ਤੋਂ ਉਹ ਕਹਿੰਦੇ ਨਹੀਂ ਨਹੀਂ ਇਹਦੇ ਨਾਲ ਕੋਈ ਫਰਕ ਨਹੀਂ ਪੈਣ ਬਾਲਾ ਨਾਲੇ ਜਿਹੜੇ ਕਈ ਇਹੋ ਜਿਹੇ ਲੋਕ ਨੇ ਜਿਨ੍ਹਾਂ ਨੂੰ ਆਲਰੇਡੀ ਵਾਇਰਸ ਹੈਗੀ ਪਰ ਸਿੰਪਟਮ ਨਹੀਂ ਹੈਗੀ ਤਾਂ ਉਹ ਉਹਦੇ ਵਿੱਚ ਗਰਬੜ ਹੋਣੀ ਹੈ ਉਸ ਨੂੰ ਮਾਸਕ ਲਾਣਾ ਬੜਾ ਇੰਪੋਰਟੈਂਟ ਹੈ ਜੀ ਮੇਰੇ ਘਰ ਦੇ ਵਿੱਚ ਜੇ ਮੈਨੂੰ ਜੇ ਕੋਵਿਡ-19 ਹੈਗਾ ਤੇ ਬਾਕੀ ਜਿਹੜੇ ਮੈਂਬਰ ਨੇ ਉਹਨਾਂ ਨੇ ਇਮੀਡੀਏਟਲੀ ਜੋ ਚੈੱਕ ਕਰਦੇ ਨੇ ਤੇ ਨੈਗੇਟਿਵ ਹੈ दैट मींस ਨਥਿੰਗ ਉਹਨਾਂ ਨੂੰ ਚਾਹੀਦਾ 1 ਹਫਤਾ ਵੇਟ ਕਰਨ ਪਹਿਲੇ ਇਸ ਸਕੂਲਾਂ ਦੇ ਵਿੱਚ ਬੱਚੇ ਜਾਂਦੇ ਆਪਾਂ ਨੂੰ ਪਤਾ ਕਿ ਬੱਚੇ ਅਲਗਾਰਦ ਹੁੰਦੇ ਨੇ ਉਹ ਬਹੁਤਾ ਧਿਆਨ ਵੀ ਨਹੀਂ ਦਿੰਦੇ ਹੁਣ ਟੀਚਰ ਕਿੰਨੀ ਕੁ ਦੇਰ ਉਹਨਾਂ ਨੂੰ ਕਹਣ ਕਿ ਹਾਲ ਵਿੱਚ ਮਾਸਕ ਪਾਓ ਪਰ ਸਕੂਲ ਤੋਂ ਗੇਟ ਤੋਂ ਬਾਹਰ ਨਿਕਲਦੇ ਸਾਰੇ ਇੱਕ ਦੂਸਰੇ ਨੂੰ ਮਿਲਦੇ ਵੀ ਆ ਜੱਫੀਆਂ ਪਾਉਂਦੇ ਆ ਖੇਡਦੇ ਆ ਇੱਕੋ ਹੀ ਥਾਂ ਤੇ ਖੇਡਦੇ ਆ ਕੀ ਕਹੋ ਦੇਖੋ ਸਿੰਪਟਮ ਤੇ ਦੋਨਾਂ ਦੇ ਸੇਮ ਹੀ ਨੇ ਇਹ ਵੀ ਜਿਹੜੀ ਵਾਇਰਸ ਹੈ ਉਹ ਉਸ ਹਿਸਾਬ ਨਾਲ ਉਹਦੀ ਪ੍ਰੈਜੈਂਟੇਸ਼ਨ ਹੈਗੀ ਮੋਸਟਲੀ ਪਰ ਦੋ ਚਾਰ ਨੇ ਸਿੰਪਟਮ ਜਿਹੜੇ ਬੜੇ ਵਾਚ ਕਰਨੇ ਪੈਂਦੇ ਨੇ ਇੱਕ ਲਾਸ ਆਫ 스멜 ਹੋ ਜਾਏ ਟੇਸਟਾ ਹੋ ਜਾਏ ਸਾਂਝਾ ਟੀਵੀ ਦੇਖਣ ਵਾਲੇ ਸਮੁੱਚੇ ਦਰਸ਼ਕਾਂ ਨੂੰ ਦਵਿੰਦਰ ਸਿੰਘ ਬੈਣੀਪਾਲ ਵੱਲੋਂ ਪਿਆਰ ਅਤੇ ਸਤਿਕਾਰ ਸਹਿਤ ਸਤਿ ਸ਼੍ਰੀ ਅਕਾਲ ਦੋਸਤੋ ਅੱਜ ਦੀ ਇਸ ਖਾਸ ਮੁਲਾਕਾਤ ਵਿੱਚ ਸਾਡੇ ਮਹਿਮਾਨ ਰਹਿਣਗੇ ਡਾਕਟਰ ਗੁਲਜ਼ਾਰ ਚੀਵਾ ਜਿਹੜੇ ਅੱਜ ਦੱਸਣਗੇ ਕਿ ਕੋਵਿਡ-19 ਲਗਭਗ 1 ਸਾਲ ਤੋਂ ਉੱਤੇ ਦਾ ਸਮਾਂ ਹੋ ਗਿਆ ਹੈ ਦੁਨੀਆ ਨੂੰ ਸਾਡੇ ਸਮਾਜ ਨੂੰ ਕਿਸ ਤਰ੍ਹਾਂ ਇਹਨਾਂ ਨੇ ਪ੍ਰਭਾਵਿਤ ਕੀਤਾ ਅਤੇ ਇਸ ਦੇ ਨਾਲ ਹੁਣ ਅਸੀਂ ਕਿਹੜੀ ਸਟੇਜ ਤੇ ਖੜੇ ਹਾਂ ਕਿਉਂਕਿ ਪਹਿਲਾਂ ਪਹਿਲ ਇਹ ਸੀ ਕਿ ਅਸੀਂ ਇਸ ਕੋਵਿਡ-19 ਨੂੰ ਠੱਲ ਪਾ ਲਿਆ ਕੇਸ ਲਗਾਤਾਰ ਘਟਨੇ ਸ਼ੁਰੂ ਹੋ ਗਏ ਸਨ ਪਰ ਹੁਣ ਆਲਮ ਇਹ ਹੈ ਕਿ ਦੁਨੀਆ ਦੇ ਹਰ ਕੋਨੇ ਦੇ ਵਿੱਚ ਹਰ ਮੁਲਕ ਦੇ ਵਿੱਚ ਦੁਬਾਰਾ ਕੋਵਿਡ ਦੇ ਕੇਸਾਂ ਦੀ ਗਿਣਤੀ ਲਗਾਤਾਰ ਵਧ ਰਹੀ ਹੈ ਖਾਸ ਕਰਕੇ ਸਰੀ ਦੇ ਵਿੱਚ ਜਿਹੜੀ ਗਿਣਤੀ ਦਾ ਇਜ਼ਾਫਾ ਰੋਜ਼ਾਨਾ ਦੱਸਿਆ ਜਾ ਰਿਹਾ ਕਿ ਲਗਾਤਾਰ ਵਾਧਾ ਹੋ ਰਿਹਾ ਹੈ ਅਤੇ ਕੀ ਕੋਵਿਡ-19 ਦਾ ਟੀਕਾ ਬੜੀ ਜਲਦ ਦੁਨੀਆ ਨੂੰ ਮਿਲਣ ਵਾਲਾ ਸਾਨੂੰ ਮਿਲਣ ਵਾਲਾ ਤੁਹਾਨੂੰ ਮਿਲਣ ਵਾਲਾ ਇਸ ਤੇ ਮਤਲਕ ਬਹੁਤ ਸਾਰੀਆਂ ਗੱਲਾਂ ਬਾਤਾਂ ਨੇ ਜਿਹੜੀਆਂ ਡਾਕਟਰ ਗੁਲਜ਼ਾਰ ਚੀਮਾਹੁਰਾਂ ਦੇ ਨਾਲ ਕੀਤੀਆਂ ਜਾਣਗੀਆਂ ਉਹ ਸਭ ਤੋਂ ਪਹਿਲਾਂ ਡਾਕਟਰ ਸਾਹਿਬ ਦਾ ਸਵਾਗਤ ਕਰਦੇ ਹਾਂ ਡਾਕਟਰ ਸਾਹਿਬ ਜੀ ਨੂੰ ਸਤਿ ਸ਼੍ਰੀ ਅਕਾਲ ਹਾਂਜੀ ਸਤਿ ਸ਼੍ਰੀ ਅਕਾਲ ਜੀ ਦਵਿੰਦਰ ਸਭ ਤੋਂ ਪਹਿਲਾਂ ਤੇ ਤੁਹਾਡੇ ਪ੍ਰੋਗਰਾਮ ਸੁਣਨ ਵਾਲਿਆਂ ਨੂੰ ਆਪਣੇ ਪ੍ਰੋਗਰਾਮ ਦੇਖਣ ਵਾਲਿਆਂ ਨੂੰ ਮੈਂ ਰਿਮਾਈਂਡ ਕਰਾਉਣਾ ਚਾਹੁੰਨਾ ਵੀ ਐਡਵਾਸ ਐਗਜ਼ੈਕਟਲੀ 1 ਇਅਰ ਜੀ ਐਂਡ ਬਾਟ 10 ਮੰਥਸ ਵੈਨ ਯੂ ਹੈਡ ਦਾ ਫਰਸਟ ਸ਼ੋਅ ਵਿਦ ਮੀ ਬਾਟ ਕੋਵਿਡ 19 ਜੀ ਥੈਟ ਟਾਈਮ ਤੁਹਾਨੂੰ ਪਤਾ ਸਾਰੇ ਨੇ ਕਿ ਇਹ ਕੋਵਿਡ 19 ਬਾਰੇ ਕਿਉਂ ਗੱਲ ਸ਼ੁਰੂ ਕਰ ਦਿੱਤੀ ਹੈ ਰੀਜ਼ਨ ਸੀ ਉਹਦਾ ਬੜਾ ਕਰੀਅਰ ਸੀ ਕਿ ਇਹ ਜਿਹੜਾ ਇਸ਼ੂ ਸੀ ਨਾ ਜੇ ਦੀ ਆਪਾਂ ਬੈਕਗ੍ਰਾਉਂਡ ਦਈਏ ਵੀ ਪਹਿਲਾਂ ਜਿਹੜਾ ਸਾਰਸ ਵਾਇਰਸ ਪਹਿਲਾਂ ਵੀ ਆਈ ਸੀ ਉਸ ਟਾਈਮ ਦੇ ਵਿੱਚ ਇਹਨੂੰ ਠੱਲ ਪਾ ਲਈ ਗਿਆ ਦੇ ਵਾਸਤੇ ਲੋਕਾਂ ਨੇ ਕਾਫੀ ਕੰਟਰੋਲ ਕਰ ਲਿਆ ਸਾਰੇ ਜਿਹੜੀਆਂ ਗਵਰਨਮੈਂਟ ਸੀ ਬੜੇ ਸੋਹਣੇ ਤਰੀਕੇ ਨਾਲ ਕੋਆਪਰੇਸ਼ਨ ਹੋਈ ਮੋਸਟਲੀ ਐ ਅੰਟਰੀਓਰ ਵਿੱਚ ਜ਼ਿਆਦਾ ਸੀ ਫਿਰ ਠੱਲ ਪੈ ਗਈ ਇਹਦੀ ਪਰ ਜਿਹੜਾ ਕੋਵਿਡ 19 ਸੀ ਇਹ ਉਸੇ ਹੀ ਫੈਮਿਲੀ ਦੀ ਵਾਇਰਸ ਹੈ ਤੇ ਜਦੋਂ ਵਾਇਰਸ ਜਿਹੜੇ ਮੁਰਖਿਓ ਚੱਲੀ ਹੈ ਉਹ ਸਾਰਿਆਂ ਨੂੰ ਪਤਾ ਉਸ ਮੁਲਕ ਦਾ ਨਾਮ ਉੱਥੋਂ ਆ ਕੇ ਕੈਨੇਡਾ ਵਿੱਚ ਜਿਹੜਾ ਪਹਿਲਾ ਸੀ ਇਹਦਾ ਇਹਦਾ ਅਸਰ ਹੋਇਆ ਸੀ ਪਹਿਲਾ ਜਿਹੜੀ ਡੈਥ ਸੀ ਮੇਰੇ ਕੋਲ 25 ਜਨਵਰੀ ਇਸ ਸਾਲ ਦੇ ਵਿੱਚ ਹੋਈ ਸੀ ਉਸ ਤੋਂ ਬਾਅਦ ਜਿਹੜਾ ਨਾ ਇਹਦਾ ਸਾਰੇ ਪ੍ਰੋਵਿੰਸਾਂ ਵਿੱਚ ਫੈਲ ਗਿਆ ਫਿਰ ਇਹਦੇ ਸਾਰਿਆਂ ਨੇ ਕੋਆਪਰੇਸ਼ਨ ਕਰਕੇ ਤੇ ਇਹਨੂੰ ਕੰਟਰੋਲ ਕਰ ਲਏ ਕਿਹਾ ਕਿ ਇੱਕ ਜਿਹੜੀ ਡੈਫੀਨੇਸ਼ਨ ਸੀ ਸਾਰਿਆਂ ਨੇ ਕਿਹਾ ਵੀ ਅਸੀਂ ਕਰਮ ਨੂੰ ਬੈਂਡ ਕਰ ਲਿਆ ਸੋ ਗੱਲ ਕੀ ਸੀ ਵੀ ਉਹਦੀ ਐਕਸਪਲੇਨੇਸ਼ਨ ਦੇਣ ਦੇ ਵਿੱਚ ਲੋਕੀ ਸਰਕਾਰ ਬੜੀ ਕਾਮਯਾਬ ਸੀ ਫੈਡਰਲ ਗਵਰਨਮੈਂਟ ਪ੍ਰੋਵਿੰਸ ਦੀ ਗਵਰਨਮੈਂਟ ਇੰਟਰਪ੍ਰੋਵਿੰਸ਼ੀਅਲ ਗਵਰਨਮੈਂਟ ਸਾਰਿਆਂ ਨੇ ਕੋਆਪਰੇਟ ਕਰਕੇ ਇਹਨੂੰ ਇਹਨੂੰ ਖਤਮ ਕਰਨ ਦੀ ਟਰਾਈ ਕੀਤੀ ਇੱਕ ਇਸ ਤਰ੍ਹਾਂ ਰੋਕਥਾਮ ਦੇ ਇਤਲਾਤੀ ਕਦਮ ਤੇ ਨਹੀਂ ਹੋਇਆ ਪਰ ਇਹ ਗੱਲ ਹੋ ਗਈ ਤੇ ਜਿਹੜਾ ਕੋਵਿਡ-19 ਮੈਂ ਜਿਹੜੇ ਖੋਸਦਾ ਕਿਆਂ ਨੂੰ ਥੋੜੀ ਮੈਂ ਇਨਫੋਰਮੇਸ਼ਨ ਹੋਰ ਪ੍ਰੋਵਾਈਡ ਕਰਦਾ ਕਿ ਇਹਦੀ ਜਿਹੜੀ ਟਰਾਂਸਮਿਸ਼ਨ ਹੈ ਜਿਹੜੀ ਵਾਇਰਸ ਹੈ ਇਹ ਚੱਲੀ ਸੀ ਉਹਨਾਂ ਤੋਂ ਐਨੀਮਲਸ ਤੋਂ ਐਨੀਮਲ ਤੋਂ ਇਨਸਾਨ ਤੋਂ ਇਨਸਾਨ ਤੋਂ ਇਨਸਾਨ ਜੋ ਚਲ ਕੇ ਪਹਿਲਾਂ ਇੱਕ ਮੁਲਕ ਤੋਂ ਲੈ ਕੇ ਹੁਣ ਤਕਰੀਬਨ ਸਾਰੇ ਮੁਲਕਾਂ ਵਿੱਚ ਫੈਲੀ ਹੈ WHO ਦੀ ਜਿਹੜੀ ਵੈਬਸਾਈਟ ਉੱਤੇ ਬੜਾ ਕਲੀਅਰ ਹੈ ਕਿ ਕਿੱਥੇ-ਕਿੱਥੇ ਜਾ ਰਹੀ ਹੈ ਕੈਨੇਡਾ ਦੀ ਮੈਂ ਗੱਲ ਕਰਾਂਗਾ ਅੱਜ ਕਿਉਂਕਿ ਸਰੀ ਦੀ ਗੱਲ ਕਰਾਂਗੇ ਜਿਹੜੀ ਤੁਸੀਂ ਸ਼ੁਰੂ ਕੀਤੀ ਹੈ ਕੈਨੇਡਾ ਦੇ ਵਿੱਚ ਜਿਹੜੀ ਇਹਦਾ ਜਿਹੜਾ ਦਾ ਜਿਹੜਾ ਜਿਹੜਾ ਦਾ ਗ੍ਰਾਫ ਵਧਦਾ ਪਿਆ ਬਹੁਤ ਜ਼ਿਆਦਾ ਇਹਦੀ ਸੈਕੰਡ ਵੇਵ ਆ ਗਈ ਹੈ ਫਰਸਟ ਵੇਵ ਤੇ ਕੰਟਰੋਲ ਕਰ ਲਈ ਸੀ ਸੈਕੰਡ ਵੇਵ ਨੂੰ ਕੰਟਰੋਲ ਕਰਨ ਲਈ ਸਾਰਿਆਂ ਦੀ ਕੋਆਪਰੇਸ਼ਨ ਦੀ ਪੈਣੀ ਜ਼ਰੂਰ ਇਹ ਜਿਹੜਾ ਮੁੱਦਾ ਇਹ ਜਿਹੜਾ ਇਸ਼ੂ ਹੈ ਇਹ ਹੈਗਾ ਹੈਲਥ ਦਾ ਇਸ਼ੂ ਹੈ ਆਪਾਂ ਨੂੰ ਹੈਲਥ ਦੇ ਹਿਸਾਬ ਨਾਲ ਟੈਗਲ ਕਰਨਾ ਕਿਉਂਕਿ ਜੇ ਆਪਾਂ ਇਹਨੂੰ ਇਹਨੂੰ ਕੋਈ ਰੰਗ ਦੇਣ ਦੀ ਡਿਫਰੈਂਟ ਟਰਾਈ ਕੀਤੀ ਤੇ ਬੜੀ ਮੁਸ਼ਕਲ ਆਣੀ ਹੈ ਕੱਲ ਇਹ ਕਿ ਜਿਹੜਾ ਵਾਇਰਸ ਤੇ ਠੰਡ ਦੇ ਵਿੱਚ ਇਹਦਾ ਕੰਮ ਵਧਣਾ ਸ਼ੁਰੂ ਹੋ ਗਿਆ ਕਿਉਂਕਿ ਇਨਡੋਰ ਕੰਮ ਹੋ ਗਿਆ ਸ਼ੁਰੂ ਲੋਕੀ ਘਰਾਂ ਵਿੱਚ ਜ਼ਿਆਦਾ ਨੇ ਆਪਾਂ ਸਾਰਿਆਂ ਨੇ ਥੋੜੇ ਰਿਲੈਕਸ ਹੋ ਗਏ ਮਹੀਨਾ ਦੋ ਮਹੀਨੇ ਪਹਿਲਾਂ ਥੋੜੀ ਜੀ ਆਪਾਂ ਨੇ ਇਸ ਚੀਜ਼ ਦੀ ਪੂਰੀ ਤਰ੍ਹਾਂ ਹਸ ਅੰਗਲੀ ਕਰ ਲਈ ਹੋਏ ਤੇ ਉਹਦੇ ਬਾਰੇ ਜਿਹੜੀ ਅੱਗੇ ਜਾ ਕੇ ਗੱਲਾਂ ਕਰਾਂਗੇ ਕਿ ਜਿਹੜੇ ਇਹਦੇ ਟ੍ਰਾਂਸਮਿਸ਼ਨ ਹੈ ਉਹ ਹੈਗਾ ਪਰ ਸਨ ਟੂ ਪਰਸਨ ਇਸ ਤਰ੍ਹਾਂ ਜਿਸ ਤਰ੍ਹਾਂ ਤੁਸੀਂ ਬੈਠੇ ਹੋ ਮੈਂ ਇੱਥੇ ਬੈਠਾ ਇਹ ਮੈਂ ਦੇਖਾਂਗਾ ਡ੍ਰੌਪਲੈਟਸ ਨਾ ਹੋਣਾ ਤੁਹਾਡੇ ਤੱਕ ਪਹੁੰਚਣ ਤੱਕ ਹੋ ਸਕਦਾ ਵੀ ਜਿਹੜੇ ਡ੍ਰੌਪਲੈਟਸ ਨੇ ਹੋ ਸਦਾ ਰਾਜ ਚ ਡਿੱਗਣ ਕਿਤੇ ਸਰਫੇਸ ਵਿੱਚ ਹੋਣ ਸੋ ਆਪਾਂ ਇੱਕ ਤੇ ਆਪਣੇ ਹੱਥ ਸਾਫ਼ ਕਰਨੇ ਦੂਜਾ ਸਰਫੇਸ ਨੂੰ ਸਾਫ਼ ਰੱਖਣਾ ਤੇ ਜਬ ਮਾਸਕ ਲਾਣੇ ਨੇ ਉਸ ਤੋਂ ਇਲਾਵਾ ਜਿਹੜਾ ਸੀ ਆਪਾਂ ਮਾਸਕ ਦੇ ਬਾਰੇ ਵੀ ਗੱਲ ਕਰਨੀ ਚਾਹੁੰਦਾ ਮੈਂ ਸੋ ਸਾਰੀਆਂ ਗੱਲਾਂ ਜਿਹੜੀਆਂ ਅੱਗੇ ਜਾ ਕੇ ਪ੍ਰੋਗਰਾਮ ਸਾਰੇ ਨਾਲ ਸ਼ੇਅਰ ਕਰਾਂਗੇ ਸੋ ਇਸ ਚੀਜ਼ ਨੂੰ ਫਿਰ ਮੈਂ ਇੱਕ ਗੱਲ ਤੇ ਫੋਕਸ ਕਰਨਾ ਚਾਹੁੰਨਾ ਵੀ ਸਰੀ ਦੇ ਵਿੱਚ ਇਹ ਜਿਹੜਾ ਆਪਣਾ ਪੰਜਾਬੀ ਭਾਈਚਾਰਾ ਹੈ ਜਾਂ ਸਾਊਥ ਏਸ਼ੀਅਨ ਭਾਈਚਾਰਾ ਇਹਦੇ ਬਾਰੇ ਕਹਿ ਰਹੇ ਨੇ ਵੀ ਇਹਨਾਂ ਵਿੱਚ ਕੇਸ ਜਿੰਨੇ ਜ਼ਿਆਦਾ ਉਹਦੇ ਬਾਰੇ ਗੱਲ ਕਰਾਂਗੇ ਕਿ ਆਪਾਂ ਨੇ ਇਹਨੂੰ ਅਸਲੀ ਰੂਪ ਦੇਣਾ ਹੈ ਹੈਲਥ ਦਾ ਇਸ਼ੂ ਤਾਂ ਕਿ ਜਿਹੜਾ ਹੈਲਥ ਦੇ ਕਾਰਨ ਕੀ ਨੇ ਆਪਣੇ ਵਿੱਚ ਲੋਕਾਂ ਵਿੱਚ ਕਿਉਂ ਜ਼ਿਆਦਾ ਡਾਕਟਰ ਸਾਹਿਬ ਸਭ ਤੋਂ ਪਹਿਲਾਂ ਤਾਂ ਮੈਨੂੰ ਇਹ ਦੱਸੋ ਕਿਉਂਕਿ ਆਪਾਂ ਵੇਖਾਂਗੇ ਕਿ ਸਰੀ ਤੱਕ ਆਪਾਂ ਪਹੁੰਚਣਾ ਹੈ ਬਿਲਕੁਲ ਤੁਹਾਡੀ ਗੱਲ درست ਹੈ ਪਰ ਜਿਹੜਾ ਮਾਸਕ ਪਹਿਨਣਾ ਇਹ ਲਾਜ਼ਮੀ ਕਿਉਂ ਹੈ ਕਿਵੇਂ ਇਹ ਰੋਕ ਥੰਮ ਕਰਦਾ ਹੈ ਕਿਉਂਕਿ ਬਹੁਤ ਸਾਰੇ ਲੋਕ ਨੇ ਮੈਂ ਹਾਲੇ ਵੀ ਵੇਖ ਰਿਹਾ ਹਾਂ ਉਹ ਮਾਸਕ ਪਹਿਨਣ ਤੋਂ ਉਹ ਕਹਿੰਦੇ ਨਹੀਂ ਇਹਦੇ ਨਾਲ ਕੋਈ ਫਰਕ ਨਹੀਂ ਪੈਣ ਵਾਲਾ ਕੀ ਕਾਰਨ ਹੈ ਕਿਉਂ ਲਾਉਣਾ ਚਾਹੀਦਾ ਪਹਿਲੀ ਗੱਲ ਤੇ ਕੇ ਜਸਟ ਰਿਮੈਂਬਰ ਕੇ ਇਹਦਾ ਟਰਾਂਸਮਿਸ਼ਨ ਕਿਸ ਤਰ੍ਹਾਂ ਆਪਾਂ ਦੋਨੋਂ ਬੈਠੇ ਆ ਜੀ ਐਫਆਈ ਜੇ ਮੈਨੂੰ ਖਾਂਗ ਆਉਂਦੀ ਹੈ ਜੇ ਮੈਨੂੰ ਕੋਵਿਡ 19 ਹੈਗਾ ਤੇ ਮੈਂ ਖਾਂਗਾਗਾ ਤੁਹਾਡੇ ਤੱਕ ਪਹੁੰਚਣ ਦਾ ਤਰੀਕਾ ਇੱਕੋ ਹੀ ਹੈ ਜਿਹੜੇ ਡ੍ਰੌਪਲੈਟਸ ਨੇ ਉਹ ਡ੍ਰੌਪਲੈਟਸ ਜਿਹੜੇ ਉਹਨੂੰ ਰੋਕਣ ਵਾਸਤੇ ਕੋਈ ਵੀ ਬੈਰੀਅਰ ਲਾਣਾ ਬੜਾ ਇੰਪੋਰਟੈਂਟ ਹੈ ਜੇ ਤੁਸੀਂ ਕੰਮਤੇ ਹੋ ਤੇ ਆਪਾਂ ਬੈਰੀਅਰ ਵੱਡਾ ਖੜਾ ਕਰ ਦਿੰਨੇ ਆ ਜੇ ਆਪਾਂ ਪਰਸਨਲੀ ਜਿਹੜਾ ਬੈਰੀਅਰ ਕੀ ਸਾਡੇ ਵਾਸਤੇ ਮਾਸਕ ਹੈ ਬੜਾ ਇੰਪੋਰਟੈਂਟ ਮਾਸਕ ਜਿਹੜਾ ਉਹ ਬੜਾ ਬੈਰੀਅਰ ਹੈ ਉਸ ਜਿਹੜਾ ਬੈਰੀਅਰ ਨੂੰ ਜਿਹੜਾ ਠੋਸ ਤਰੀਕੇ ਨਾਲ ਕਹਿਣਾ ਬੜਾ ਇੰਪੋਰਟੈਂਟ ਹੈ ਇਹ ਨਹੀਂ ਆਪਾਂ ਕਹਿ ਸਕਦੇ ਜਿਹੜਾ ਮਾਸਕ ਹੈ ਇਹ ਸਿਰਫ ਕੰਮ ਤੇ ਹੀ ਤੁਹਾਨੂੰ ਲਾਣਾ ਪੈਣਾ ਮਾਸਕ ਤੁਹਾਨੂੰ ਘਰ 'ਚ ਵੀ ਲਾਣਾ ਪੈਣਾ ਵਰਕ ਤੇ ਵੀ ਲਾਣਾ ਪੈਣਾ ਇਸ ਤੋਂ ਇਲਾਵਾ ਜਿੱਥੇ ਸ਼ਾਪਿੰਗ ਕਰਨ ਜਾਂਦੇ ਉੱਥੇ ਵੀ ਲਾਣਾ ਪੈਣਾ ਟਰੈਵਲ ਕਰਦੇ ਵੀ ਲਾਣਾ ਕਿਉਂਕਿ ਮਾਸਕ ਇੱਕ ਕਿਸਮ ਇਹ ਤੁਹਾਡੀ ਇੱਕ ਐਟਲੀਸਟ ਅਬਸਟ੍ਰਕਸ਼ਨ ਤੇ ਹੈਗੀ ਹੈ ਕਿਉਂਕਿ ਜਿਹੜੀ ਹਵਾ ਹੈ ਉਦੇ ਥਰੂ ਰੋਕਣ ਵਾਸਤੇ ਮਾਸਕ ਬੜਾ ਇੰਪੋਰਟੈਂਟ ਹੈ ਡਿਫਰੈਂਟ ਮਾਸਕ ਨੇ ਇੱਕ ਜਿਹੜੇ ਮਾਸਕ ਨੇ ਪ੍ਰੋਫੈਸ਼ਨਲ ਲੋਕ ਲਾ ਰਹੇ ਨੇ ਹਸਪੀਟਲਸ ਦੇ ਵਿੱਚ ਇੱਕ ਮਾਸਕ ਨੇ ਜਿਹੜੇ ਆਮ ਸਾਰੇ ਲਾਉਂਦੇ ਪਏ ਨੇ ਉਸ ਮਾਸਕ ਦੀਆਂ ਦੋ ਲੇਅਰ ਹੋਣੀਆਂ ਤਿੰਨ ਲੇਅਰ ਹੋਣ 100% ਗਰੰਟੀ ਤਾਂ ਕੋਈ ਨਹੀਂ ਪਰ ਐਟਲੀਸਟ ਵੀ ਹੈਵ ਅ ਬੈਰੀਅਰ ਉਸ ਬੈਰੀਅਰ ਨੂੰ ਜਿਹੜਾ ਨਾ ਮੈਂ ਸਮਝਦਾ ਕਿ ਪ੍ਰੋਫੈਸ਼ਨਲੀ ਮੈਂ ਗੱਲ ਕਰਨਾ ਪਿਆ ਕਿ ਉਸ ਚੀਜ਼ ਨੂੰ ਜੇ ਆਪਾਂ ਕਹਿੰਦੇ ਆ ਮਾਸਕ ਦੀ ਜ਼ਰੂਰਤ ਹੈ ਤੇ ਮਾਸਕ ਚਾਹੀਦਾ ਕੰਪਲਸਰੀ ਕਿਉਂਕਿ ਗੱਲ ਇਹ ਕਿ ਆਪਾਂ ਜਦੋਂ ਕਿਸੇ ਚੀਜ਼ ਨੂੰ ਕੱਚਾ ਸੜ ਹਵਾ ਚੜ ਛੱਡ ਦਿੰਨੇ ਵੀ ਤੁਹਾਡੀ ਮਰਜ਼ੀ ਹੈ ਲਾਣਾ ਜਾਂ ਨਹੀਂ ਮੈਂ ਉਹ ਠੀਕ ਨਹੀਂ ਆਗਾ ਕਿਉਂਕਿ ਜਿਹੜੀਆਂ ਰਾਈਟਸ ਨੇ ਤੁਸੀਂ ਕੇਵਾਰੀ ਲੋਕੀ ਕਹਿੰਦੇ ਸਾਡੇ ਰਾਈਟਸ ਕਿੱਥੇ ਗਏ ਨੇ ਲੋਕ ਲੋਕ ਮੁਜ਼ਾਰੇ ਵੀ ਕਰ ਰਹੇ ਆ ਜੀ ਉਹ ਜਿਹੜੇ ਰਾਈਟਸ ਨੇ ਉਹ ਪਹਿਲਾਂ ਸੋਚਣ ਵੀ ਜਿਹੜੇ ਮੇਰੇ ਜਿਹੜੇ ਰਾਈਟਸ ਨੇ ਉਹਨੇ ਇੰਪੋਰਟੈਂਟ ਨੇ ਜਿੰਨੇ ਦੂਸਰੇ ਨੇ ਦੂਸਰੇ ਦੂਸਰੇ ਦੇ ਨਾਲ ਲਾਣ ਵਾਲੇ ਸੋ ਜਿਹੜਾ ਇਸ ਚੀਜ਼ ਨੂੰ ਹੈਲਥ ਦੇ ਇਸ਼ੂ ਬਣਾ ਕੇ ਰਹਿਣਾ ਚਾਹੀਦਾ ਕਲੀਅਰ ਕਰਨਾ ਚਾਹੀਦਾ ਕਈ ਦੁਨੀਆ ਦੇ ਵਿੱਚ ਸਟੇਟਸ ਨੇ ਕਈ ਕਈ ਕੰਟਰੀ ਨੇ ਜਿੱਥੇ ਇਸ ਚੀਜ਼ ਨੂੰ ਉਹਨਾਂ ਨੇ ਪੱਕਾ ਕੀਤਾ ਕਈ ਗੱਲਾਂ ਦੇ ਵਿੱਚ ਉਹਨਾਂ ਨੇ ਕਿਹਾ ਕਿ ਅਸੀਂ ਇੱਕ ਸਪੋਜ਼ ਵੀ ਇੱਕ ਸ਼ਹਿਰ ਦੇ ਵਿੱਚ ਇੱਕ ਕਿਸੇ ਵਿੱਚ ਜਿਆਦਾ ਉੱਥੇ ਉਹ ਕਹਿ ਰਹੇ ਨੇ ਵੀ ਤੁਹਾਨੂੰ ਮਾਸਕ ਲਾਣ ਤੋਂ ਬਿਨਾ ਬਾਹਰ ਤੁਸੀਂ ਆ ਨਹੀਂ ਸਕਦੇ ਤੁਸੀਂ ਕੰਮ ਤੇ ਨਹੀਂ ਜਾ ਸਕਦੇ ਮਾਸਕ ਤੋਂ ਬਿਨਾ ਕੰਪਲਸਰੀ ਇਸੇ ਤਰੀਕੇ ਨਾਲ ਆਉਣ ਵਾਲੇ ਸਮੇਂ ਵਿੱਚ ਮਾਸਕ ਜਿਹੜਾ ਨਾ ਉਹ ਬਹੁਤ ਇੰਪੋਰਟੈਂਟ ਹੈ ਉਹਦੇ ਬਾਰੇ ਮੈਂ ਕੱਲਾ ਇਹ ਨਹੀਂ ਵੀ ਉਹਦੇ ਅੱਗੇ ਜਾ ਕੇ ਐਕਸਪਲੇਨ ਕਰਾਂਗਾ ਕਿ ਇਹ ਜਿਹੜਾ بار بار ਸਰੀ ਬਾਰੇ ਕਿਉਂ ਗੱਲ ਹੋ ਰਹੀ ਹੈ ਤੇ ਕੀ ਕਿਹੜੀ ਜਗ੍ਹਾ ਤੇ ਸਾਡਾ ਅੱਛਾ ਡਾਕਟਰ ਸਾਹਿਬ ਜਿਸ ਤਰ੍ਹਾਂ ਤੁਸੀਂ ਦੱਸ ਰਹੇ ਹੋ ਤੁਸੀਂ ਫੈਮਿਲੀ ਫਿਜ਼ੀਸ਼ੀਅਨ ਹੋ ਇੱਕ ਪ੍ਰੋਫੈਸ਼ਨਲ ਹੋਣ ਦੇ ਨਾਤੇ ਕੀ ਕਾਰਨ ਹੈ ਕਿ ਕੈਨੇਡਾ ਦੇ ਬਹੁਤ ਸਾਰੇ ਹਿੱਸਿਆਂ ਦੇ ਵਿੱਚ ਹਾਲੇ ਤੱਕ ਆਪਣਾ ਪ੍ਰੋਵਿੰਸ ਵੀ ਵਿੱਚ ਹੀ ਹੈ ਇਹਨੂੰ ਮੰਡਟਰੀ ਕਿਉਂ ਨਹੀਂ ਕੀਤਾ ਜਾ ਰਿਹਾ ਜੀ ਦੇਖੋ ਡਰਦੇ ਨੇ ਸਾਰੇ ਮੇਰੇ ਹਸਾਬ ਨਾਲ ਕਿਉਂਕਿ ਜਿਹੜੇ ਨਾ ਪ੍ਰੋਫੈਸ਼ਨਲ ਲੋਕ ਨੇ ਅਸੀਂ ਜਿਸ ਤਰ੍ਹਾਂ ਜੋ ਉਹਦੇ ਆਪਾਂ ਸਾਇੰਸ ਦੇ ਹਸਾਬ ਨਾਲ ਗੱਲ ਕਰਨੀ ਹੈ ਜਦੋਂ ਤੁਸੀਂ ਮੈਸੇਜ ਭੇਜਦੇ ਹੋ ਪੇ ਕਲੀਅਰ ਮੈਸੇਜ ਨਹੀਂ ਦੇ ਰਹੇ ਵੀ ਮਾਸਕ ਇੰਪੋਰਟੈਂਟ ਹੈ ਤੁਹਾਡੀ ਮਰਜ਼ੀ ਹੈ ਲਾਣਾ ਹੈ ਨਹੀਂ ਲਾਣਾ ਉੱਥੇ ਪ੍ਰੋਬਲਮ ਆਉਂਦੀ ਹੈ ਜਦੋਂ ਇਹ ਬੈਰੀਅਰ ਹੈਗਾ ਇਹਦੇ ਬਾਰੇ ਐਕਸਪਲੇਨ ਕੀਤਾ ਗਿਆ ਇਹ ਜ਼ਰੂਰੀ ਸੀ ਇਹ ਪਹਿਲਾਂ ਹੀ ਜਦੋਂ ਸ਼ੁਰੂ ਹੋਇਆ ਕੰਮ ਇੱਕ ਸਾਲ ਪਹਿਲਾਂ ਉਦੋਂ ਵੀ ਇਹਦੇ ਵਿੱਚ ਕਲੈਰਿਟੀ ਨਹੀਂ ਸੀ ਹੋਈ ਕਲੈਰਿਟੀ ਨਾ ਹੋਣ ਕਰਕੇ ਹੀ ਆਪਾਂ ਨੂੰ ਪ੍ਰੋਬਲਮ ਆਈ ਸੀ ਫਿਰ ਸਾਰਿਆਂ ਨੇ ਜ਼ੋਰ ਪਾਇਆ ਵੀ ਇਹ ਪ੍ਰੋਬਲਮ ਬੜੀ ਵੱਡੀ ਵੱਧ ਗਈ ਹੈ ਇਹਨੂੰ ਆਪਾਂ ਨੂੰ ਠੀਕ ਕਰਨਾ ਪੈਣਾ ਕਿਉਂਕਿ ਜੇ ਇਹਦੇ ਸਿਰਫ ਹੁੰਦੀ ਗੱਲ ਕਿ ਇੱਕ ਪ੍ਰੋਵਿੰਸ ਤੱਕ ਸ਼ਹਿਰ ਤੱਕ ਕੰਟਰੀ ਤੱਕ ਸੀਮਤ ਹੁੰਦੀ ਜਦੋਂ ਦੁਨੀਆ ਦੀ ਹਰ ਕੰਟਰੀ ਵਿੱਚ ਇਹ ਪ੍ਰੋਬਲਮ ਫੈਲ ਗਈ ਹੈ ਸਾਰੇ ਲੋਕੀ ਕੰਟਰੋਲ ਕਰਦੇ ਪਏ ਨੇ ਤੇ ਜੇ ਤੁਹਾਨੂੰ ਨਹੀਂ ਸਮਝਦੇ ਜਿਹੜੇ ਬਾਕੀ ਕਰਦੇ ਉਹਨਾਂ ਨੂੰ ਫਾਲੋ ਕਰ ਲਓ ਜਦੋਂ ਪ੍ਰੋਫੈਸ਼ਨਲੀ ਤੁਸੀਂ ਇਸ ਚੀਜ਼ ਨੂੰ ਫਾਲੋ ਨਹੀਂ ਕਰਦੇ ਇਹ ਪ੍ਰੋਬਲਮ ਆਉਣੀ ਆਉਣੀ ਹੈ ਸੋ ਇਸ ਕਰਕੇ ਇਹਦੀ ਕਲੈਰਿਟੀ ਕਰਨੀ ਪੈਣੀ ਹੈ ਬਾਕੀ ਗੱਲ ਇਹ ਕਿ ਦਵਿੰਦਰ ਕੇ ਜਿਹੜਾ ਨਾ ਇਹਦੇ ਕੋਈ ਇਨੇ ਕੋਈ ਡਿਸਕ੍ਰਿਮੀਨੇਸ਼ਨ ਇਨੇ ਸੋਚ ਕੇ ਤੇ ਇਨੇ ਕੰਮ ਨਹੀਂ ਕਰਨਾ ਕਾਲਾ ਗੋਰਾ ਵੀਰ ਆ ਗਰੀਬ ਆ ਸਾਰਾ ਗਲ ਦਾ ਗਲ ਤੇ ਉਥੇ ਆ ਗਈ ਗਲ ਪਰ ਇਹ ਇੱਕ ਇੱਕ ਜਿਹੜੇ ਜਿਹੜੇ ਕਲਾਇੰਟ ਜਿਹੜੇ ਪੇਸ਼ੈਂਟਸ ਨੇ ਜਿਨ੍ਹਾਂ ਨੂੰ ਮੇਜਰ ਹੈਲਥ ਦੇ ਇਸ਼ੂ ਨੇ ਉਹਨਾਂ ਤੇ ਮਾਰੂ ਹੈ ਉਹ ਜਿਹੜਾ ਡੈਥ ਰੇਟ ਹੈ ਨਾ ਪਹਿਲਾਂ ਬਹੁਤ ਸੀ ਕਿਉਂਕਿ ਇੱਕਦਮ ਕੰਟਰੋਲ ਕੋਈ ਨਹੀਂ ਸੀ ਪਰਸਨਲ ਕੇਅਰ ਹோம் ਹੈ ਚਲਾ ਗਿਆ ਉਥੇ ਜਾ ਕੇ ਜਿਹੜਾ ਸੀ ਨਾ ਕਈ ਪਾਲਿਸੀਜ਼ ਉਹ ਗਲਤ ਸਨ ਜਿਹੜੇ ਵਰਕਰ ਸੀ ਉਹ ਮਲਟੀਪਲ ਫੇਸਸ ਕੰਮ ਕਰਦੇ ਸੀ ਉਹ ਠੀਕ ਕੀਤਾ ਉਹਦੇ ਨਾਲ ਫਰਕ ਪਿਆ ਪਰ ਜਿਹੜਾ ਮਾਸਕ ਲਾਣਾ ਇਹ ਇੰਪੋਰਟੈਂਟ ਹੈ ਕਿਉਂ ਇਸ ਤਰ੍ਹਾਂ ਫਾਰ ਐਗਜ਼ਾਮਪਲ ਕਿ ਜੇ ਹੁਣ ਅੱਜ ਮੈਂ ਤੁਹਾਨੂੰ ਐਗਜ਼ਾਮਪਲ ਦੇਣਾ ਮੈਂ ਆਪਣੇ ਆਫਿਸ 'ਚ ਅੱਜ ਤੇ ਆਫਿਸ ਦੇ ਵਿੱਚ ਜੇ ਮੈਂ ਮਾਸਕ ਲਾ ਰਿਹਾ ਤੇ ਜਦੋਂ ਮੈਂ ਆਪਣੇ ਘਰ ਜਾਣਾ ਹਮ ਜਿਸ ਘਰ ਦੇ ਵਿੱਚ 3 ਜਨਰੇਸ਼ਨ ਫੈਮਿਲੀ ਰਹ ਰਹੀ ਹੈ ਉਸ ਜਿਹੜੀ ਮੇਰੇ ਘਰ ਦੇ ਵਿੱਚ ਰਹਿਣ ਦੀ ਜਿਹੜੀ ਡੈਂਸਿਟੀ ਹੈ ਪੋਪੂਲੇਸ਼ਨ ਦੀ ਉਹ ਜ਼ਿਆਦਾ ਇਸੇ ਤਰੀਕੇ ਨਾਲ ਹੀ ਬਾਕੀਆਂ ਦੇ ਘਰਾਂ ਵਿੱਚ ਜਦੋਂ ਮੈਂ ਘਰ ਵੇ ਜਾ ਕੇ ਆਪਣਾ ਮਾਸਕ ਉਤਾਰਨਾ ਜੇ ਮੈਂ ਆਪਣੀ ਮਦਰ ਨੂੰ ਮਿਲਣਾ ਜਾਂ ਜਿਹੜਾ ਦੀ ਏਜ ਜ਼ਿਆਦਾ ਜਾਂ ਕੋਈ ਮੇਰੇ ਗ੍ਰੈਂਡਸਨਸ ਹੋਣੇ ਨੇ ਇਹ ਆ ਕਿਸ ਨੇ ਹੋਰ ਨੇ ਮਿਲ ਲਾਉਣਾ ਫਿਰ ਮੈਨੂੰ ਉਸ ਸਮੇਂ ਦੇ ਵਿੱਚ ਮਾਸਕ ਰੱਖਣਾ ਬਹੁਤ ਇੰਪੋਰਟੈਂਟ ਹੈ ਕਿਉਂਕਿ ਬੈਰੀਅਰ ਇਹ ਟੈਂਪਰੇਰੀ ਪਾਰਟ ਟਾਈਮ ਨਹੀਂ ਹੋ ਸਕਦਾ ਬੈਰੀਅਰ ਹਮ ਨਾਲ ਦੂਸਰੀ ਗੱਲ ਵੀ ਇਹ ਵੀ ਨਹੀਂ ਪਤਾ ਕਿ ਜਿਹੜੀ ਜਦੋਂ ਆਪਾਂ ਦੋਨੋਂ ਗੱਲ ਕਰਨੇ ਪਿਆ ਆਪਾਂ ਕਿਨੂੰ ਕਿਨੂੰ ਬਾਹਰ ਮਿਲ ਕੇ ਗਏ ਆ ਕੋਈ ਪਤਾ ਨਹੀਂ ਨਾਲੇ ਜਿਹੜੇ ਕਈ ਇਹੋ ਜਿਹੇ ਲੋਕ ਨੇ ਜਿਨ੍ਹਾਂ ਨੂੰ ਆਲਰੇਡੀ ਵਾਇਰਸ ਹੈਗੀ ਪਰ ਸਿੰਪਟਮ ਨਹੀਂ ਹੈਗੀ ਤਾਂ ਉਹ ਉਹਦੇ ਵਿੱਚ ਗਰਬੜ ਹੋਣੀ ਹੈ ਉਸ ਤੋਂ ਮਾਸਕ ਲਾਣਾ ਬੜਾ ਇੰਪੋਰਟੈਂਟ ਹੈ ਇੱਕ ਮੈਂ ਹੋਰ ਇੱਥੇ ਮੈਂ ਗੱਲ ਕਰੀ ਚੁਣਾਂ ਜੀ ਜੀ ਜਿਹੜਾ ਟੈਸਟਾਂ ਬਾਰੇ ਬੜਾ ਕਨਫਿਊਜ਼ਨ ਹੈ ਤੁਸੀਂ ਵੇਖਿਆ ਹੋਣਾ ਵੀ ਲੋਕੀ ਕਹਿੰਦੇ ਵੀ ਮੈਂ ਟੈਸਟ ਕਰਾਇਆ ਮੇਰਾ ਤਾਂ ਠੀਕ ਹੈ ਜਦੋਂ ਘਰ ਦੇ ਵਿੱਚ ਇੱਕ ਆਦਮੀ ਨੂੰ ਕੋਵਿਡ-19 ਹੋ ਗਿਆ ਜੀ ਉਸ ਨੇ ਦੂਸਰੇ ਆਦਮੀ ਨੂੰ ਦੂਸਰੇ ਇਨਸਾਨ ਨੂੰ ਟਰਾਂਸਮਿਟ ਕਰਨ ਵਾਸਤੇ 14 ਦਿਨ ਦਾ ਪੀਰੀਅਡ ਹੈ ਠੀਕ 14 ਦਿਨ ਦਾ ਪੀਰੀਅਡ ਕਿਉਂ ਕਿ ਉਹਦਾ ਜਿਹੜਾ ਨਾ ਉਹਦਾ ਬਾਡੀ ਦੇ ਵਿੱਚ ਵਾਇਰਸ ਜਾ ਕੇ ਉਹਨੇ ਪੂਰਾ ਆਪਣਾ ਜਰ ਅਸਰ ਕਰਨਾ ਹੋ ਸਕਦਾ 7 ਦਿਨਾਂ ਵਿੱਚ ਹੋ ਜੇ 9 10 11 12 ਪਰ ਜਿੰਨੀ ਦੇਰ ਤੱਕ ਅੰਦਰ ਬਾਡੀ ਵਿੱਚ ਪੂਰੀ ਨਹੀਂ ਹੁੰਦੀ ਉਹ ਵਾਇਰਸ ਪੂਰੀ ਤਰ੍ਹਾਂ ਨਹੀਂ ਫੈਲਦੀ ਉਹਦੇ ਉਹਨੂੰ ਉਹਦਾ ਲੱਭਣ ਵਾਸਤੇ ਜਿਹੜੇ ਸਾਰੇ ਟੈਸਟ ਨੇ ਉਹ ਪੋਜ਼ਿਟਿਵ ਹੋ ਸਕਦਾ ਪਹਿਲਾਂ ਨਾ ਹੋਣ ਤੁਸੀਂ 100% ਇਨਫੈਕਸ਼ਨ ਤੁਹਾਨੂੰ ਹੋ ਸਕਦੀ ਹੈ ਵੀ ਪਰ ਨਾਲ ਇਹ ਵੀ ਹੋ ਸਕਦਾ ਵੀ ਤੁਹਾਡਾ ਟੈਸਟ ਪਹਿਲੇ ਦਿਨ ਨਾ ਪੋਜ਼ਿਟਿਵ ਆਏ ਸੋ ਤੁਹਾਨੂੰ ਵੇਟ ਕਰਨਾ ਪੈਣਾ ਸੋ ਟੈਸਟ ਜਿਹੜਾ ਨੈਗੇਟਿਵ ਹੋਇਆ ਫਿਰ ਦੇ ਵਿੱਚ ਉਹ ਗਰੰਟੀ ਨਹੀਂ ਵੀ ਤੁਹਾਨੂੰ ਪ੍ਰੋਬਲਮ ਨਹੀਂ ਆਏਗੀ ਇਸੇ ਕਰਕੇ ਕਹਿ ਰਹੇ ਨੇ ਵੀ ਜੇ ਸਪੋਸ ਵੀ ਮੈਂ ਤੁਹਾਨੂੰ ਆਪਣੀ ਗੈਸਪੜੀ ਦਾਂਗਾ ਮੇਰੇ ਘਰ ਦੇ ਵਿੱਚ ਜੇ ਮੈਨੂੰ ਜੇ ਕੋਵਿਡ-19 ਹੈਗਾ ਤੇ ਬਾਕੀ ਜਿਹੜੇ ਮੈਂਬਰ ਨੇ ਉਹਨਾਂ ਨੂੰ ਇਮੀਡੀਏਟਲੀ ਜੋ ਚੈੱਕ ਕਰਦੇ ਨੇ ਤੇ ਨੈਗੇਟਿਵ ਹੋਵੇ ਦੈਟ ਮੀਨਸ ਨਥਿੰਗ ਹੂੰ ਉਹਨਾਂ ਨੂੰ ਚਾਹੀਦਾ ਇੱਕ ਹਫਤਾ ਵੇਟ ਕਰਨ ਪਹਿਲਾਂ ਇੱਕ ਹਫਤੇ ਦੇ ਬਾਅਦ ਜੇ ਫਿਰ ਨੇ ਨਹੀਂ ਨਹੀਂ ਕਿਸੇ ਨੂੰ ਹੋਇਆ ਨੈਗੇਟਿਵ ਹੈਗਾ ਫਿਰ ਉਹ ਆਪਣੀ ਐਕਟੀਵਿਟੀ ਵਧਾਣ ਕਿਉਂਕਿ ਜਿਹੜੀ ਵਾਇਰਸ ਨੇ ਟਰਾਂਸਮਿਟ ਤੁਹਾਡੀ ਸਾਡੀ ਬਾਡੀ ਵਿੱਚ ਗਈ ਹੈ ਉਹਨੇ ਜਾ ਕੇ ਮਲਟੀਪਲਾਈ ਕਰਨਾ ਉਹਨੇ ਆਪਣੇ ਆਪ ਨੂੰ ਟੈਸਟਾਂ ਦੇ ਵਿੱਚ ਉਹਦੀ ਜਿਹੜੀ ਹੈ ਨਾ ਪੋਜ਼ਿਟਿਵਿਟੀ ਤਾਂ ਹੋਣੀ ਹੈ ਜੇ ਐਨਫ ਨੰਬਰ ਵਿੱਚ ਹੋਏਗਾ ਸੋ ਇਹਦੇ ਵਿੱਚ ਇਹ ਹੋ ਰਿਹਾ ਕਿ ਲੋਕੀ ਤਾਂ ਸਾਡੀ ਕਮੇਟੀ ਵਿੱਚ ਵਧਦਾ ਪਿਆ ਕਿਉਂਕਿ ਅਸੀਂ ਉਹਨੂੰ ਕਾਲੀ ਕਰਕੇ ਇੱਕਦਮ ਟੈਸਟ ਕਰਾ ਕੇ ਸਰਟੀਫਿਕੇਟ ਚਾ ਬਣਾ ਲੈਣੇ ਆਂ ਵੀ ਠੀਕ ਹੋ ਗਿਆ ਮੈਨੂੰ ਤਾਂ ਕੁਝ ਨਹੀਂ ਹੋਇਆ ਮੈਨੂੰ ਕੋਈ ਗੱਲ ਨਹੀਂ ਮੈਂ ਟਰੈਵਲ ਵੀ ਕਰਨਾ ਮੈਂ ਕੰਮ ਤੇ ਵੀ ਜਾਣਾ ਸੋ ਬੰਦ ਕਰੋ ਉਹਦੇ ਨਾਲ ਇਹ ਹੋ ਰਿਹਾ ਕਿ ਆਲੇ ਦੁਆਲੇ ਦੀ ਗੱਲ ਕਰਦੇ ਪਏ ਨੇ ਸਰਕਾਰ ਵੀ ਜਿਹੜੀਆਂ ਨਾ ਹੈਲਥ ਵਾਲੇ ਵੀ ਕਹਿ ਰਹੇ ਨੇ ਵੀ ਇੱਥੇ ਬਹੁਤ ਜ਼ਿਆਦਾ ਪਰ ਨਾਲ ਇਹ ਨਹੀਂ ਐਕਸਪਲੇਨ ਕਰਦੇ ਪਏ ਕਿ ਕਿਉਂਕਿ ਡੈਸਟੀ ਪੋਪੂਲੇਸ਼ਨ ਜ਼ਿਆਦਾ ਲੋਕਾਂ ਦੇ ਘਰਾਂ ਦੇ ਵਿੱਚ ਮਲਟੀ ਜਨਰੇਸ਼ਨ ਰਹਿ ਰਹੀਆਂ ਪਲੱਸ ਬੇਸਮੈਂਟ ਨੇ ਉੱਥੇ ਵੀ ਲੋਕ ਆ ਗਏ ਨੇ ਆਵਾਜ਼ ਆਈ ਕਿਸ ਤਰ੍ਹਾਂ ਹੈਗੀ ਉਹਦਾ ਕੋਈ ਕੰਟਰੋਲ ਨਹੀਂ ਹੈਗਾ ਬਾਹਰੋਂ ਜਿਹੜੀ ਸੀ ਨਾ ਲੋਕਾਂ ਨੇ ਆਣਾ ਸ਼ੁਰੂ ਹੋ ਗਏ ਦੁਬਾਰਾ ਸੋ ਜਿਹੜਾ ਹੁਣ ਪ੍ਰੋਵਿੰਸ ਨੇ ਜਿਹੜਾ ਇੱਥੋਂ ਦੇ ਪ੍ਰੀਮੀਅਰ ਨੇ ਹੁਣ ਜਿਹੜਾ ਰੂਲ ਕਿਹਾ ਕਿ ਬਣਾਓ ਇਹ ਰੂਲ ਪਹਿਲਾਂ ਵੀ ਇੰਪੋਰਟੈਂਟ ਸੀ ਹੁਣ ਇਹਨੂੰ ਫਾਲੋ ਕਰਨਾ ਕ੍ਰੂਸ਼ੀਅਲ ਹੈ ਕਿਉਂਕਿ ਜੇ ਤੁਸੀਂ ਬਾਰੋਂ ਲੋਕ ਆ ਰਹੇ ਨੇ ਫਾਰ ਐਗਜ਼ਾਮਪਲ ਪੰਜ ਪ੍ਰੋਵਿੰਸਾਂ ਵਿੱਚ ਬਹੁਤ ਜ਼ਿਆਦਾ ਜੇ ਇੰਟਰ ਪ੍ਰੋਵਿੰਸ਼ਲੀ ਲੋਕੀ ਟਰੈਵਲ ਕਰਦੇ ਪਏ ਨੇ ਤੁਹਾਡੇ ਘਰੋਂ ਮੇਰੇ ਘਰੋਂ ਕਿਸੇ ਘਰ ਵੀ ਜਾਣ ਕਿਤੇ ਬਿਜ਼ਨਸ ਨੂੰ ਵਿਜ਼ਿਟ ਕਰਦੇ ਪਏ ਨੇ ਜਾਂ ਕੋਈ ਵੀ ਐਕਟੀਵਿਟੀ ਹੈਗੀ 에어ਪੋਰਟ ਤੇ ਆਏ ਨੇ ਅਕਸਰਕਾਰ ਜਦੋਂ ਵੀ ਤੁਸੀਂ A ਤੋਂ B ਤੱਕ ਚੱਲਣਾ ਤੁਸੀਂ ਕਿੰਨਿਆਂ ਲੋਕਾਂ ਨੂੰ ਮਿਲਣਾ ਕਿਉਂਕਿ ਜਿਹੜਾ ਇੱਕ ਆਦਮੀ ਹੈ ਇਕ ਇਨਸਾਨ ਹੈ ਜਿਹਨੂੰ ਪੋਜ਼ਿਟਿਵ ਟੈਸਟ ਹੈ ਉਹਨੇ 2.5 ਨੂੰ ਕਰਨਾ ਇਨਫੈਕਸ਼ਨ ਤੇ 2.5 ਨੇ ਅਗੋਂ ਮਹੀਨੇ ਦੇ ਵਿੱਚ 400 ਦਾ ਪਹੁੰਚ ਪਹੁੰਚ ਜਾਣਾ ਸੋ ਇਹਦੀ ਮਲਟੀਪਲੀਕੇਸ਼ਨ ਨੂੰ ਸਟਾਪ ਕਰਨਾ ਵਸੇ ਇੱਕੋ ਹੈਗਾ ਤਰੀਕਾ ਵੈਰੀ ਸਿੰਪਲ ਕੇ ਫਾਲੋ ਕਰਨੇ ਪੈਣੇ ਇਨਸਟਰਕਸ਼ਨ ਇਨਸਟਰਕਸ਼ਨ ਬੇਸਿਕ ਹਾਈਜੀਨ ਹੈਂਡ ਵਾਸ਼ਿੰਗ ਆਪਣੇ ਮਾਸਕ ਰੱਖਣਾ ਆਪਣੇ ਕੱਪੜਿਆਂ ਨੂੰ ਸਾਫ਼ ਰੱਖਣਾ ਆਪਣੇ ਸਰਫੇਸ ਨੂੰ ਸਾਫ਼ ਰੱਖਣਾ ਡਿਸਟੈਂਸ ਮੇਨਟੇਨ ਕਰਨਾ ਐਂਡ ਵਿਦਆਊਟ ਕਿਸੇ ਨੂੰ ਬਲੇਮ ਕਰਨ ਦੀ بجائے ਆਪਾਂ ਆਪਣੇ ਆਪ ਨੂੰ ਠੀਕ ਕਰ ਲਈਏ ਕਿਉਂਕਿ ਜੇ ਇਹ ਨਾ ਕੰਟਰੋਲ ਕੀਤਾ ਇਹਦਾ ਸਿਸਟਮ ਤੇ ਬੜਾ ਅਸਰ ਪੈਣਾ ਰਿਮੈਂਬਰ ਕਿ ਉਹ ਐਸ ਜਿਹੜਾ ਸ਼ੁਰੂ ਚ ਹੋਇਆ ਸੀ ਕਹਿੰਦਾ ਵਿੱਚ ਵੈਂਟੀਲੇਟਰ ਵੀ ਨਹੀਂ ਸੀ ਆਗੇ ਜਦੋਂ ਬਿਲਕੁਲ ਸੋ ਡਾਕਟਰ ਸਾਹਿਬ ਹੁਣ ਆਪਾਂ ਇਹ ਦੇਖੀਏ ਕਿ ਆਪਣੀ ਕਮਿਊਨਿਟੀ ਦੇ ਵਿੱਚ ਖਾਸ ਕਰਕੇ ਸਰੀ ਕੁਕ ਪਹਿਲਾਂ ਪਹਿਲ ਜਦੋਂ ਡਾਕਟਰ ਬੋਨੀ ਹੈਂਡਰੀ ਵੀ ਦੱਸਦੇ ਹੁੰਦੇ ਸੀ ਉਹਨਾਂ ਨੇ ਰੀਜ਼ਨ ਵਾਈਜ਼ ਦੱਸਣਾ ਕਿ ਫਰੀਜ਼ਰ ਹੈਲਥ ਰੀਜ਼ਨ ਚ ਵੈਨਕੂਵਰ ਕੋਸਟਲ ਦੇ ਵਿੱਚ ਇੰਟੀਰੀਅਰ ਚ ਪਰ ਹੁਣ ਉਹ ਕਹਿੰਦੇ ਆਖਰਕਾਰ ਸਾਨੂੰ ਦੱਸਣਾ ਪੈਣਾ ਹੈ ਕੀ ਕਾਰਨ ਹੈ ਕਿ ਸਰੀ ਵਿੱਚ ਖਾਸ ਕਰਕੇ ਆਪਣੇ ਚ ਭਾਈਚਾਰੇ ਦੇ ਵਿੱਚ ਕੇਸਿਸ ਕਿਉਂ ਲਗਾਤਾਰ ਵੱਧ ਰਹੇ ਹੈ ਇਹ ਤਾਂ ਬੜਾ ਕਲੀਅਰ ਹੈ ਦਵਿੰਦਰ ਕਿ ਕੇਸਿਸ ਕਿਸ ਤਰ੍ਹਾਂ ਵਧ ਨੇ ਜਿੱਥੇ ਪਾਪੂਲੇਸ਼ਨ ਜ਼ਿਆਦਾ ਪਾਪੂਲੇਸ਼ਨ ਦੇ ਡੈਸਟੀ ਸਰੀ ਵਿੱਚ ਜ਼ਿਆਦਾ ਕਿਉਂਕਿ ਹੇ ਤੁਸੀਂ ਕਿਤੇ ਵੀ ਟਰੈਵਲ ਕਰਕੇ ਦੇਖ ਲਓ ਇੱਕ ਘਰ ਦੇ ਵਿੱਚ 5 6 ਜਾਣੇ ਤੇ ਹੈ ਨਹੀਂ ਘਟੇ ਆਪ ਇਹ ਰੂਲ ਇਹ ਕਹਿ ਰਿਹਾ ਵੀ 6 ਜਾਣੇ ਇਕੱਠੇ ਨਹੀਂ ਹੋ ਸਕਦੇ ਤੇ ਜਦੋਂ ਇੱਕ ਘਰ ਦੇ ਵਿੱਚ 6 ਜਾਣੇ ਰਹਿ ਰਹੇ ਉਹਦੇ ਵਿੱਚ ਇਕਿਆਂ ਦੋ ਤੇ ਹੈਗੇ ਨੇ ਕੰਮ ਕਰਨ ਵਾਲੇ ਉਹ ਜਿਹੜੇ ਕੰਮ ਕਰਨ ਵਾਲੇ ਉਹ ਕਿੱਥੇ ਟਰੈਵਲ ਕਰਦੇ ਨੇ ਮੋਸਟਲੀ ਸਾਡੇ ਲੋਕ ਇਹ ਨਹੀਂ ਆਪ ਕੋ ਸਰੀਜੀ ਕੰਮ ਕਰਦੇ ਹੋਏ ਨੇ ਹੋ ਸਕਦਾ ਉਹ ਟਰਕਿੰਗ ਇੰਡਸਟਰੀ ਵਿੱਚ ਨੇ ਉਹ ਟੈਕਸੀ ਇੰਡਸਟਰੀ ਵਿੱਚ ਨੇ ਉਹ ਹੈਲਥ ਕੇਅਰ ਪ੍ਰੋਵਾਈਡਰ ਨੇ ਇਸ ਤੋਂ ਇਲਾਵਾ ਉਹ ਸਰਵਿਸ ਪ੍ਰੋਵਾਈਡਰ ਨੇ ਬਿਜ਼ਨਸ ਕਮਿਊਨਿਟੀ ਡੀਲ ਕਰਦੇ ਹੋਏ ਨੇ ਉਹ ਸਾਰੇ ਪ੍ਰੋਵਿੰਸ ਵਿੱਚ ਫਿਰਦੇ ਨੇ ਤੇ ਜਦੋਂ ਵਾਪਸ ਆ ਕੇ ਘਰ ਦੇ ਵਿੱਚ ਆਉਂਦੇ ਨੇ ਤੇ ਉਹ ਇਨਫੈਕਸ਼ਨ ਹੋਣ ਦੇ ਜ਼ਿਆਦਾ ਚਾਂਸਸ ਨੇ ਤੇ ਉੱਥੇ ਜਾ ਕੇ ਫਿਰ ਕੰਟਰੋਲ ਨਹੀਂ ਕਿਉਂਕਿ ਜਿਹੜੇ ਰੂਲ ਨੇ ਮੈਜਿਸਟਰਾਂ ਪਹਿਲਾਂ ਕਿਹਾ ਕਿ ਜਿਹੜਾ ਮਾਸਕ ਦਾ ਰੂਲ ਹੈ ਜਾਂ ਹਾਈਜਨ ਦਾ ਰੂਲ ਹੈ ਜਾਂ ਸੈਨੀਟੇਸ਼ਨ ਦਾ ਜਿਹੜੀ ਅਸੀਂ ਪ੍ਰੋਟੋਕਾਲ ਨੇ ਉਹਨਾਂ ਨੂੰ ਕੰਟੀਨਿਊਸਲੀ ਫਾਲੋ ਅਪ ਕਰਨਾ ਪੈਣਾ ਸੋ ਇਸ ਕਰਕੇ ਕਿ ਤੁਸੀਂ ਆਪਾਂ ਨੂੰ ਗੱਲ ਆਉਂਦੀ ਹੈ ਵੀ ਰਾਜਨੀਤੀ ਦੀ ਮੈਂ ਇੱਥੇ ਗੱਲ ਨਹੀਂ ਕਰਨੀ ਕਿਉਂਕਿ ਬੜਾ ਬੜੀ ਪ੍ਰੋਬਲਮ ਪੈ ਜਾ ਪੈ ਜਾਏਗੀ ਕਿਉਂਕਿ ਮੁਸ਼ਕਲ ਕਲੀਅਰ ਗੱਲ ਕਰੋ ਕਿ ਇਹਨੂੰ ਹੈਲਥ ਦੇ ਕਰਕੋ ਫੋਕਸ ਤੇ ਇਹਨੂੰ ਇੱਕ ਕਮਿਊਨਿਟੀ ਦੇ ਫੋਕਸ ਨਾਲ ਰੱਖੋ ਇਹ ਉਹਨਾਂ ਨੂੰ ਐਕਸਪਲੇਨ ਕਰੋ ਕਿ ਜਿੱਥੇ-ਜਿੱਥੇ ਜ਼ਿਆਦਾ ਕਲਸਟਰ ਨੇ ਇੱਕ ਕਮਿਊਨਿਟੀ ਦੇ ਉਹਨਾਂ ਦੀਆਂ ਐਕਟੀਵਿਟੀਆਂ ਦੇ ਬਾਰੇ ਵੇਖੋ ਵੀ ਐਕਟੀਵਿਟੀਆਂ ਜ਼ਿਆਦਾ ਹੋਣ ਕੌਣ ਕਰਕੇ ਜਾਂ ਪ੍ਰੋਟੋਕਾਲ ਫਾਲੋ ਅਪ ਨਾ ਹੋਣ ਕਰਕੇ ਇਹ ਕੰਮ ਹੋ ਰਿਹਾ ਸੋ ਦੇ ਤੁਸੀਂ ਇਸ ਚੀਜ਼ ਦੇ ਥੰਮ ਪਾਣੀ ਇਹਨੂੰ ਇਹਨੂੰ ਤੁਸੀਂ ਕੰਟਰੋਲ ਕਰਨਾ ਤੇ ਇਸ ਸਾਡੀ ਸਾਊਥ ਪਾਈਸ਼ੀਅਨ ਪਾਈਚਾਰੇ ਦੀ ਜਿਹੜੀ ਲੈਂਗੁਏਜ ਤੇ ਕਲਚਰ ਜਿਹੜੀਆਂ ਬਾਕੀ ਗੱਲਾਂ ਯੂਜ਼ ਕਰਕੇ ਉਹਨਾਂ ਨੂੰ ਐਕਸਪਲੇਨ ਕਰੋ ਤੇ ਹਰ ਰੋ ਜਾ ਕੇ ਇਸ ਚੀਜ਼ ਬਾਰੇ ਦੱਸੋ ਵੀ ਆਹ ਕੰਮ ਹੋ ਰਿਹਾ ਇਥੇ ਤੁਸੀਂ ਆਹ ਕੰਮ ਕਰਨਾ ਪਲੱਸ ਕਲਾ ਪ੍ਰੋਵਿੰਸ ਦਾ ਕੰਮ ਨਹੀਂ ਹੈਗਾ ਸਿਟੀ ਜਿਹੜੀ ਹੈ ਨਾ ਸਿਰੀ ਜਿਹੜੀ ਸਰੀ ਦਾ ਜਿਹੜੀ ਮਿਊਨਿਸਪੈਲਿਟੀ ਹੈ ਜਾਂ ਸਿਟੀ ਦੇ ਜਿਹੜੇ ਵਿੱਚ ਇਹਨਾਂ ਦੇ ਹੈਲਥ ਆਫਿਸਰਸ ਨੇ ਉਹਨਾਂ ਦਾ ਵੀ ਉਹਨਾਂ ਰਿਸਪੌਂਸਿਬਿਲਟੀ ਬਣਦੀ ਹੈ ਕਿਉਂਕਿ ਗੱਲ ਇਹ ਹੁੰਦੀ ਹੈ ਕਿ ਹੈਲਥ케ਅਰ ਦੀ ਮੈਂ ਦੱਸਣਾ ਤੁਹਾਨੂੰ ਕਿ ਜਿਹੜੇ ਲੋਕਲ ਆਫਿਸਰ ਨੇ ਉਹਨੇ ਰੇਟ ਦੇਖ ਕੇ ਸਕੂਲ ਵੀ ਬੰਦ ਕਰ ਸਕਦੇ ਨੇ ਕੰਮ ਵੀ ਬੰਦ ਕਰ ਸਕਦੇ ਐ ਡਬਿਊਸੀ ਵੀ ਵਾਲੇ ਆ ਕੇ ਬੰਦ ਕਰ ਸਕਦੇ ਨੇ ਜਾਂ ਹੈਲਥ ਆਫੀਸਰ ਲੋਕਲੀ ਵੀ ਕਹਿ ਸਕਦਾ ਸੋ ਇਹ ਜਿਹੜੇ ਮਲਟੀ ਲੇਅਰ ਜਿਹੜੇ ਰੂਲ ਨੇ ਇਸ ਤੋਂ ਕਿ ਆਪਾਂ ਇਹਨੂੰ ਚੱਕਰ ਚ ਪਾਉਣ ਦੀ بجائے ਲੈਟਸ ਸਟੇ ਫੋਕਸ ਤੇ ਚਾਹੀਦਾ ਵੀ ਪ੍ਰੋਵਿੰਸ ਨੂੰ ਕੈਨ ਬੀ ਤੁਹਾਨੂੰ ਰੂਲ ਫਾਲੋ ਕਰਨੇ ਪੈਣੇ ਨੇ ਇਹਦੇ ਵਿੱਚ ਆਪਾਂ ਨੂੰ ਕੋਈ ਅਫੈਂਡ ਨਹੀਂ ਹੋਣਾ ਚਾਹੀਦਾ ਡਾਕਟਰ ਸਾਹਿਬ ਇੱਕ ਹੋਰ ਦੱਸਿਓ ਮੈਨੂੰ ਜਿਸ ਤਰ੍ਹਾਂ ਤੁਸੀਂ ਦੱਸ ਰਹੇ ਹੋ ਮੈਂ ਵੇਖ ਰਿਹਾ ਸੀ ਪੂਰੇ ਬ੍ਰਿਟਿਸ਼ ਕੋਲੰਬੀਆ ਤੇ ਨਜ਼ਰ ਮਾਰੀਏ ਖੈਰ ਬਹੁਤ ਸਾਰੇ ਸਕੂਲਾਂ ਦੇ ਵਿੱਚ ਕੇਸ ਨੇ ਪਰ ਸਰੀ ਦੇ ਬਹੁਤ ਸਾਰੇ ਸਕੂਲਾਂ ਦੇ ਵਿੱਚ ਲਗਾਤਾਰ ਇਨਫੈਕਸ਼ਨ ਫੈਲ ਰਹੀ ਹੈ ਲੋਕ ਵਾਰ-ਵਾਰ ਇਹ ਮੰਗ ਵੀ ਉਠਾ ਰਹੇ ਆ ਕਿ ਜੇਕਰ ਹੋਰ ਚੀਜ਼ਾਂ ਦੇ ਉੱਤੇ ਪਾਬੰਦੀ ਲੱਗ ਰਹੀ ਹੈ ਤੇ ਸਕੂਲਾਂ ਦੇ ਵਿੱਚ ਬੱਚੇ ਜਾਂਦੇ ਆਪਨੂੰ ਪਤਾ ਕਿ ਬੱਚੇ ਅਲਗਾਰਦ ਹੁੰਦੇ ਨੇ ਉਹ ਬਹੁਤਾ ਧਿਆਨ ਵੀ ਨਹੀਂ ਦਿੰਦੇ ਹੁਣ ਟੀਚਰ ਕਿੰਨੀ ਕੁ ਦੇਰ ਉਹਨਾਂ ਨੂੰ ਕਹਣ ਕਿ ਹਾਲਵੇ ਵਿੱਚ ਮਾਸਕ ਪਾਓ ਪਰ ਸਕੂਲ ਤੋਂ ਗੇਟ ਤੋਂ ਬਾਹਰ ਨਿਕਲਦੇ ਸਾਰੇ ਇੱਕ ਦੂਸਰ ਨੂੰ ਮਿਲਦੇ ਵੀ ਆ ਜੱਫੀਆਂ ਪਾਉਂਦੇ ਆ ਖੇਡਦੇ ਆ ਇੱਕੋ ਹੀ ਥਾਂ ਤੇ ਖੇਡਦੇ ਆ ਕੀ ਕਹੋਗੇ ਇਹਦੇ ਵਿੱਚ ਨਾ ਬੜਾ ਅਗੇਨ ਸੇਮ ਜਿਹੜਾ ਰੂਲਸ ਨੇ ਉਹ ਫਾਲੋ ਕਰਨੇ ਪੈਣੇ ਜਦੋਂ ਅਡਲਟਸ ਨੂੰ ਮੁਸ਼ਕਲ ਆ ਰਹੀ ਹੈ ਤੇ ਬੱਚਿਆਂ ਨੂੰ ਹੋਣੀ ਬੱਚਿਆਂ ਨੂੰ ਮੁਸ਼ਕਲ ਹੋਣੀ ਹੈ ਕਿਉਂਕਿ ਬੱਚਿਆਂ ਨੂੰ ਪਹਿਲਾਂ ਕਿਹਾ ਸੀ ਮਾਸਕ ਲਾਣ ਦੀ ਜ਼ਰੂਰਤ ਕੋਈ ਨਹੀਂ ਹੁਣ ਮਾਸਕ ਜਿਹੜਾ ਪਹਿਲੀ ਕਲਾਸ ਸੈਕਿੰਡ ਥਰਡ ਫੋਰਥ ਫਿਫਥ ਕਲਾਸ ਮਾਸਕ ਲਾਣੇ ਪੈਣੇ ਨੇ ਇਹ ਕਿਸ ਤਰ੍ਹਾਂ ਹੋ ਸਕਦਾ ਵੀ ਜਿਹੜੀ ਜਿਹੜੀ ਵਾਇਰਸ ਹੈ ਉਹਨੇ ਕਹਿਣਾ ਵੀ ਮੈਂ ਆ ਬੱਚੇ ਨੂੰ ਨਹੀਂ ਹੋਣਾ ਬੱਚੇ ਨੂੰ ਨਹੀਂ ਹੋਣਾ ਇਹ ਹੋ ਸਕਦਾ ਵੀ ਬੱਚੇ ਨੂੰ ਹੋ ਕੇ ਉਹਦੇ ਸਿੰਪਟਮ ਘਟ ਹੋਣ ਪਰ ਜਿਹੜਾ ਬੱਚਾ ਹੁਣ ਇੱਕ ਕਲਾਸ ਵਿੱਚ ਜਾਏਗਾ ਉਸ ਕਲਾਸ ਦੇ ਵਿੱਚ ਜਾਂ 25 ਜਾਂ 30 ਬੱਚੇ ਬੈਠੇ ਨੇ ਉਹਨ ਮਸ਼ਕਲਾ ਸਕਦੀ ਹੈ ਪਲੱਸ ਇਹ ਵੇਖਿਆ ਗਿਆ ਕਿ ਜਿਹੜੇ ਹਰ ਸਕੂਲ ਦਾ ਸਟਰਕਚਰ ਹੈ ਫਿਜ਼ੀਕਲ ਸਟਰਕਚਰ ਵੱਖ-ਵੱਖਰਾ ਹੈ ਕਿੰਨੇ ਦੇ ਕੋਰੀਡੋਰ ਛੋਟੇ ਨੇ ਹੋ ਸਕਦਾ ਕਲਾਸਰੂਮ ਛੋਟੇ ਹੋਣ ਤਾਂ ਇਹ ਗੱਲਾਂ ਜਿਹੜੀਆਂ 2 ਮਹੀਨੇ ਪਹਿਲਾਂ ਇਫੈਕਟਿਵ ਸਨ ਉਹ ਹੁਣ ਵੀ ਉਹੀ ਗੱਲਾਂ ਨੇ ਸੋ ਇਹਨਾਂ ਗੱਲਾਂ ਨੂੰ ਕੋਲ ਮੋਲ ਕਰਨ ਦੀ ਬਜਾਏ ਸਿੱਧੀ ਗੱਲ ਕਰਨੀ ਚਾਹੀਦੀ ਹੈ ਕਿ ਇਹ 2 ਮਹੀਨਿਆਂ ਵਾਸਤੇ ਕੰਮ ਜਿਹੜਾ ਹੈ ਨਾ ਇਹਨੂੰ ਧਿਆਨ ਨਾਲ ਚੱਲਣਾ ਪੈਣਾ ਜੇ ਸਕੂਲਾਂ ਦੇ ਵਿੱਚ ਰੈਸਟ੍ਰਿਕਸ਼ਨ ਵੀ ਲਾਣੀ ਹੈ ਕੁਝ ਕਰਨਾ ਤੇ ਇਹਨਾਂ ਨੂੰ ਸਰਕਾਰ ਨੂੰ ਫੈਸਲਾ ਕਰਨਾ ਪੈਣਾ ਹੈਲਥ ਬੇਸ ਤੇ ਤੇ ਵਿਦਆਊਟ ਵੀ ਡਰ ਕੇ ਵੀ ਲੋਕੀ ਕੋਈ ਕੀ ਕਹਿਣਗੇ ਉਹ ਗੱਲ ਜਿਹੜੀ ਹੈ ਨਾ ਇਹ ਉਹਦੇ ਵਿੱਚ ਪ੍ਰੋਬਲਮ ਆਉਂਦੀ ਹੈ ਜਦੋਂ ਆਪਾਂ ਪਹਿਲਾਂ ਜਾਨ ਆ ਫਿਰ ਜਹਾਨ ਨਾਲੇ ਓਵਰ ਸੈਂਸਿਟੀਵਿਟੀ ਹੋਣ ਦੀ ਜ਼ਰੂਰਤ ਕੋਈ ਨਹੀਂ ਹੈਗੀ ਕਿਉਂਕਿ ਜੇ ਸਪੋਜ਼ ਵੀ ਕਹਿ ਰਹੇ ਨੇ ਵੀ ਸਾਡੇ ਲੋਕਾਂ ਵਿੱਚ ਜ਼ਿਆਦਾ ਜੇ ਸਾਡੇ ਲੋਕ ਇੰਡਸਟਰੀਆਂ ਉਹਨਾਂ ਚੀ ਕੰਮ ਜ਼ਿਆਦਾ ਕਰਦੇ ਪਏ ਨੇ ਸਰਵਿਸ ਇੰਡਸਟਰੀ ਜ਼ਿਆਦਾ ਨੇ ਟੈਕਸੀ ਇੰਡਸਟਰੀ ਟਰੱਕਿੰਗ ਦੇ ਵਿੱਚ ਹੋਰ ਕੰਮ ਆਵੇ ਜਦੋਂ ਆ ਬੰਦੇ ਦੀ ਅਵਾਜਾਈ ਹੈਗੀ ਤੇ ਉਹਦੇ ਨਾਲ ਪ੍ਰੋਬਲਮ ਵਧਣੀ ਵਧਣੀ ਹੈ ਸੋ rather than we should be ਫੋਕਸਿੰਗ ਓਨ ਕਿ ਕਿਹੜੀ ਕਮਿਊਨਿਟੀ ਕਿਹੜੇ ਕੰਮ ਚ ਜ਼ਿਆਦਾ ਤੇ ਕਿੱਥੇ ਉਹਨਾਂ ਦੀ ਡੈਂਸਿਟੀ ਜ਼ਿਆਦਾ ਉਸ ਚੀਜ਼ ਨੂੰ ਵਾਚ ਕਰਨ ਪਲੱਸ ਜਿਹੜੀਆਂ ਰੈਸਟ੍ਰਿਕਸ਼ਨਸ ਕਹਿ ਰਹੇ ਨੇ ਆਪਣਾ ਟ੍ਰੈਵਲ ਦੀਆਂ ਲਾਣੀਆਂ ਰੈਸਟ੍ਰਿਕਸ਼ਨਸ ਉਹ ਸਾਰਾ ਕੁਝ ਕਰਨਾ ਪੈਣਾ ਜੇ ਤੁਸੀਂ ਨਾ ਕਰੋਗੇ ਤੇ ਪ੍ਰੋਬਲਮ ਆਉਣੀ ਆਉਣੀ ਬਾਕੀ ਅਲਟੀਮੇਟਲੀ ਜਿਹੜਾ ਨਾ ਜਿਹੜਾ ਕਨਫੀ ਨੇ ਦਵਿੰਦਰ ਹੋਰ ਦੂਰ ਕਰਨਾ ਪੈਣਾ ਕਿ ਜੇ ਕਿਸੇ ਨੂੰ ਕੋਵਿਡ-19 ਘਰ ਦੇ ਵਿੱਚ ਇੱਕ ਨੂੰ ਪੋਜ਼ਿਟਿਵ ਹੋਵੇ ਤੇ ਬਾਕੀਆਂ ਨੂੰ ਸਾਰਿਆਂ ਨੂੰ ਇਮੀਡੀਏਟਲੀ ਜੇ ਟੈਸਟ ਕਰਾਉਂਦੇ ਨੇ ਤੇ ਜੇ ਨੈਗੇਟਿਵ ਹੋਏ ਤੇ ਇਹਦਾ ਨਹੀਂ ਮਤਲਬ ਵੀ ਸਾਰੇ ਫ੍ਰੀ ਨੇ ਉਹਨਾਂ ਨੂੰ ਵੇਟ ਕਰਨਾ ਪੈਣਾ ਹਫ਼ਤੇ ਵਾਸਤੇ ਹਫ਼ਤੇ ਦੇ ਬਾਅਦ ਜੇ ਟੈਸਟ ਨੈਗੇਟਿਵ ਆ ਰਿਹਾ ਫਿਰ ਉਹ ਸਮਝ ਸਕਦੇ ਨੇ ਕਿ ਤੂੰ ਠੀਕ ਠਾਕ ਨੇ ਬਾਕੀ ਮਾਸਕ ਲਾਣਾ ਉਸ ਟਾਈਮ ਦੇ ਵਿੱਚ ਪਲੱਸ ਜਿਹੜਾ ਇਹ ਨਹੀਂ ਵੀ ਇੱਕ ਬੰਦੇ ਨੂੰ ਰੂਮ ਚ ਲੋਕ ਕਰ ਦੇਣਾ ਤੇ ਤੁਸੀਂ ਵੀ ਬਾਹਰ ਨਹੀਂ ਆ ਸਕਦੇ ਜਦੋਂ ਇੱਕ ਘਰ ਦੇ ਵਿੱਚ ਰਹਿ ਰਹੇ ਹੋ ਤੁਸੀਂ ਸਾਰੇ ਜਣੇ ਮਾਸਕ ਲਾ ਕੇ ਸਾਰੀਆਂ ਪ੍ਰਕਾਸ਼ਨਸ ਫਾਲੋ ਅਪ ਕਰੋ ਤੇ ਕੋਈ ਪ੍ਰੋਬਲਮ ਨਹੀਂ ਹੋਣੀ ਗੱਲ ਇਹ ਹੈ ਵੀ ਸੀਜ਼ਨ ਆ ਰਿਹਾ ਉਹ ਜਿਹੜਾ ਟਾਈਮ ਸੋ ਡਾਕਟਰ ਹੁਣੇ ਦੱਸਿਓ ਜਦੋਂ ਠੰਡ ਦਾ ਸੀਜ਼ਨ ਹੈ ਫਲੂ ਸੀਜ਼ਨ ਹੈ ਆਮ ਤੌਰ ਤੇ ਅੱਗੇ ਵੀ ਦੇਖਿਂਦੇ ਆ ਆਪਣਾ ਨੱਕ ਵਗ ਰਿਹਾ ਕਿਸ ਨੂੰ ਖੰਘ ਹੋ ਗਈ ਹੈ ਜ਼ੁਕਾਮ ਹੋ ਗਿਆ ਹੁਣ ਬਹੁਤ ਸਾਰੇ ਲੋਕ ਜਦੋਂ ਆਮ ਫਲੂ ਵੀ ਆ ਉਹਨਾਂ ਨੂੰ ਪਤਾ ਨਹੀਂ ਲੱਗਦਾ ਕਿ ਕੋਵਿਡ ਹੈ ਉਹ ਕੀ ਕਰਨ ਦੇਖੋ ਸਿੰਪਟਮ ਤੇ ਦੋਨਾਂ ਦੇ ਸੇਮ ਹੀ ਨੇ ਇਹ ਵੀ ਜਿਹੜੀ ਵਾਇਰਸ ਹੈ ਉਹ ਸਾਭ ਨੇ ਉਹਦੀ ਪ੍ਰੈਜੈਂਟੇਸ਼ਨ ਹੈਗੀ ਮੋਸਟਲੀ ਪਰ ਦੋ ਚਾਰ ਨੇ ਸਿੰਪਟਮ ਜਿਹੜੇ ਬੜੇ ਵਾਚ ਕਰਨੇ ਪੈਂਦੇ ਨੇ ਲਾਸ ਆਫ ਸਮੈਲ ਹੋ ਜਾਏ ਟੇਸਟਾ ਹੋ ਜਾਏ ਕਿਹ ਲੋਕਾਂ ਨੂੰ ਡਾਇਰੀਆ ਲੱਗਣਾ ਸ਼ੁਰੂ ਹੋ ਜਾਂਦਾ ਉਲਟੀਆਂ ਵਗੈਰਾ ਆ ਜਾਣੀਆਂ ਇੱਕਦਮ ਤੁਹਾਨੂੰ ਜਿਹੜਾ ਨਾ ਤੁਹਾਡੇ ਕਫ ਦੇ ਨਾਲ ਨਾ ਛਾਤੀ ਦੇ ਵਿੱਚ ਕੋਈ ਪ੍ਰੋਬਲਮ ਆ ਜੇ ਸੋ ਸਿੰਪਟਮ ਦੇ ਜਿਹੜਾ ਨਾ ਸਵੈਰਿਟੀ ਵੱਜ ਜਾਂਦੀ ਹੈ ਆਮ ਤੌਰ ਤੇ ਜਿਹੜਾ ਫਲੂ ਹੈ ਉਹਦੇ ਨਾਲ 2-4 ਦਿਨਾਂ ਵਿੱਚ ਫਰਕ ਪੈ ਜਾਂਦਾ ਤੁਸੀਂ ਸੈਟਲ ਹੋ ਜਾਂਦੇ ਹੋ ਜਿਹੜੀ ਇਹ ਤਕਲੀਫ ਇਹ ਵੱਜ ਜਾਂਦੀ ਹੈ ਪਰ ਸਪੈਸ਼ਲੀ ਜੇ ਤੁਹਾਡਾ ਸਿਸਟਮ ਕੰਪਰੋਮਾਈਜ਼ਡ ਹੈ ਜੇ ਤੁਹਾਨੂੰ ਅੰਡਰਲਾਈਂਗ ਮੈਡੀਕਲ ਕੰਡੀਸ਼ਨ ਹੈ ਤੁਹਾਨੂੰ ਵਾਚ ਕਰਨੀਆਂ ਪੈਣੀਆਂ ਪਰ ਇਹ ਵੀ ਦੇਖਿਆ ਗਿਆ ਵੀ ਡੂਰਿੰਗ ਥਿਸ ਟਾਈਮ ਇਨੀ ਪ੍ਰਕਾਸ਼ਨਸਾਂ ਲੋਕਾਂ ਨੂੰ ਫਲੂ ਵੀ ਘਟੇ ਜੀ ਸੋ ਇਹ ਵੀ ਨਾਲ ਨੋਟ ਕੀਤਾ ਗਿਆ ਸੋ ਇਹ ਜਿਹੜਾ ਨਾ ਪਲੱਸ ਜਿਹੜਾ ਇੱਕ ਮਿਕਸ ਮੈਸੇਜ ਫੇਰ ਉਹਨੂੰ ਕਲੀਅਰ ਕਰਨਾ ਪੈਣਾ ਕਿ ਜਦੋਂ ਤੁਸੀਂ ਕਹਿ ਰਹੇ ਹੋ ਵੀ ਫਲੂ ਦੇ ਇੰਜੈਕਸ਼ਨ ਲਵਾਓ ਜੀ ਤੇ ਫਲੂ ਦੇ ਇੰਜੈਕਸ਼ਨ ਪ੍ਰੋਵਾਈਡ ਕਰੋ ਤਾਂ ਕਿ ਲੋਕਾਂ ਤੱਕ ਫਲੂ ਦੇ ਇੰਜੈਕਸ਼ਨ ਪਹੁੰਚਣ ਤੇ ਆਪਣੇ ਇੰਜੈਕਸ਼ਨ ਲਵਾਉਣ ਕਿਉਂਕਿ ਜੇ ਤੁਸੀਂ ਜਿੰਨੇ ਦੇ ਪ੍ਰੋਮੋਸ਼ਨ ਦੇ ਸਟੈਪ ਨੇ ਜੀ ਫਿਜ਼ੀਕਲ ਸਟੈਪ ਵੀ ਆਪਾਂ ਨੇ ਸੋਸ਼ਲ ਡਿਸਟੈਂਸ ਦਾ ਵੀ ਕਰਨਾ ਪਾਣੇ ਹਰ ਚੀਜ਼ ਫਾਲੋ ਕਰਨ ਦੇ ਬਾਅਦ ਜਿਨ੍ਹਾਂ ਨੂੰ ਫਲੂ ਦੇ ਇੰਜੈਕਸ਼ਨ ਦੀ ਜ਼ਰੂਰਤ ਹੈ ਉਹ ਲਵਾਉਣ ਕਿਉਂਕਿ ਨੈਕਸਟ ਸਟੈਪ 'ਤੇ ਜਿਹੜਾ ਕਿ ਤੁਸੀਂ ਕਿਹਾ ਵੀ ਇਹਦਾ ਜਿਹੜੀ ਇਹਦਾ ਅਸਲੀ ਇਲਾਜ ਕਦੋਂ ਆਣਾ ਹੈ ਇਹਦਾ ਜਿਹੜਾ ਦਵਾਈ ਕਦੋਂ ਆ ਕੋ ਕਿ ਸਾਰੀ ਇਸ ਵਕਤ ਦੁਨੀਆ ਉਡੀਕ ਰਹੀ ਹੈ ਆਪਾਂ ਕੈਨੇਡੀਅਨ ਲੋਕ ਵੀ ਵਿੱਚ ਆਂ ਬਾਕੀ ਮੁਲਕ ਵੀ ਕਿਉਂਕਿ ਹਰ ਇੱਕ ਵਿਅਕਤੀ ਚਾਹੁੰਦਾ ਹੈ ਕਿ ਉਹ ਆਪ ਸੁਰੱਖਿਅਤ ਰਹੇ ਉਹਦਾ ਪਰਿਵਾਰ ਜੇ ਪਰਿਵਾਰ ਸੁਰੱਖਿਅਤ ਆ ਸਮਾਜ ਪੂਰੀ ਦੁਨੀਆ ਕਦੋਂ ਤੱਕ ਉਮੀਦ ਕੀਤੀ ਜਾ ਸਕਦੀ ਹੈ ਦੇਖੋ ਵੈਕਸੀਨੇਸ਼ਨ ਦੇ ਸੱਤ ਕੁ ਅਮਰੀਕਨ ਕੰਪਨੀਆਂ ਬੜੇ ਜ਼ੋਰ ਸ਼ੋਰ ਨਾਲ ਕੰਮ ਕਰਦੀਆਂ ਪਈਆਂ ਨੇ ਇੱਕ ਫਾਈਜ਼ਰ ਸੀ ਇੱਕ ਮੋਡਰਨਾ ਵੀ ਹੈ ਮੋਡਰਨਾ ਹੈਗੀ ਇਸ ਤੋਂ ਇਲਾਵਾ ਇੱਕ ਕਿਹੜੀ ਹੋਰ ਸੀ ਆਪਣੀ ਮੈਨੂੰ ਉਹਦਾ ਨਾਮ ਭੁੱਲ ਗਿਆ ਥਰਡ ਕੰਪਨੀ ਦਾ ਤੇ ਆਕਸਫੋਰਡ ਤੋਂ ਵੀ ਇਹਨਾਂ ਨੇ ਸ਼ੁਰੂ ਕੀਤੀ ਹੈ ਚੌਥੀ ਕੰਪਨੀ ਉਹ ਤੇ ਜਿਹੜੀ ਇੰਡੀਆ ਨਾਲ ਕੋਆਪਰੇਸ਼ਨ ਕਰਕੇ ਬਣਾ ਰਹੀ ਹੈ ਸਾਰੇ ਜਿਹੜੇ ਵੈਕਸੀਨੇਸ਼ਨ ਨੇ ਉਹ ਕਾਫੀ ਲਾਸਟ ਸਟੇਜ ਦੇ ਵਿੱਚ ਨੈਕਸਪੈਰੀਮੈਂਟਲ ਸਟੇਜ ਤੋਂ ਲੰਘ ਕੇ ਹੁਣ ਉਹ ਅਮਰਜੈਂਸੀ ਵਾਸਤੇ ਅਪਲਾਈ ਕਰਨਾ ਪੈਣਾ ਸਾਰਿਆਂ ਵਾਸਤੇ ਕਹਿ ਰਹੇ ਨੇ ਵੀ ਐਫੀਕੇਸੀ ਕਿਸੇ ਦੀ 90% ਕਿਸੇ ਦੀ 95% ਇਹ ਸਾਰੀਆਂ ਗੱਲਾਂ ਅਜੇ ਕਾਗਜ਼ ਤੇ ਨੇ ਠੀਕ ਹੈ ਕਿਉਂਕਿ ਜਿੰਨੇ ਵੀ ਇਨਫੋਰਮੇਸ਼ਨ ਆ ਰਹੀ ਹੈ ਸਾਰੀ ਕੇ ਬੜੀ মিডিਆ ਦੇ थ्रू ਆ ਰਹੀ ਹੈ ਪਰ ਐਕਚੁਅਲੀ ਜਿਹੜੀ ਉਹਨਾਂ ਦੀ ਸਾਇੰਟਿਫਿਕ ਸਟੱਡੀ ਹੈ ਜਿੰਨੀ ਦੇਰ ਤੱਕ ਉਹ ਵੈਰੀਫਿਕੇਸ਼ਨ ਨਹੀਂ ਹੁੰਦੀ ਉਹਨੀ ਦੇਰ ਤੱਕ ਪੂਰਾ ਗੱਲ ਨਹੀਂ ਪਤਾ ਲੱਗਣਾ ਪਰ ਐਟ ਲੀਸਟ 7 ਵੈਕਸੀਨੇਸ਼ਨ ਜਿਹੜੇ ਹਨ ਉਹਦੇ ਚਾਂਸਸ ਹੋਣੇ ਨੇ 7 ਦੇ ਵਿੱਚੋਂ ਐਟ ਲੀਸਟ ਚੁਆਇਸ ਹੋਏਗੀ ਡਿਪੈਂਡ ਕਰਦਾ ਵੀ ਉਹਨਾਂ ਦਾ ਮੇਕਅਪ ਕੀ ਹੈ ਉਸ ਤਲਾ ਸਟੋਰੇਜ ਦੀ ਕਿਹੜਾ ਇਸ਼ੂ ਹੈ ਫੇਰ ਉਹਨਾਂ ਕਾਸਟ ਦਾ ਇਸ਼ੂ ਹਣਾ ਉਸ ਤੋਂ ਇਲਾਵਾ ਉਹਨਾਂ ਵੀ ਕਿਹੜੇ ਮੁਲਕ ਨੂੰ ਪਹਿਲਾਂ ਮਿਲਣਾ ਉਸ ਤੋਂ ਇਲਾਵਾ ਕਿ ਕਿਹੜੇ ਮੁਲਕ ਕੀ ਮੁਲਕ ਤੋਂ ਬਾਅਦ ਕਿਹੜੇ ਇਨਸਾਨ ਨੂੰ ਪਹਿਲਾਂ ਮਿਲਣਾ ਸੋ ਇਹਦੀਆਂ 6-7 ਤੇ ਲੇਅਰ ਹੋਰ ਨੇ ਸੋ ਜਿੰਨੀ ਤਰੀਕ ਜੈਸ ਟਾਈਮ ਤੱਕ ਸਾਡੇ ਕੋਲ ਵਾਇਰਸ ਦਾ ਵੈਕਸੀਨੇਸ਼ਨ ਪਹੁੰਚਣਾ ਕਿਉਂਕਿ ਗਵਰਨਮੈਂਟ ਆਫ ਕੈਰਨਾ ਤੇ ਬੜੀ ਦੇਰ ਦਾ ਆਰਡਰ ਕੀਤਾ ਤੇ ਬੀਸੀ ਗਵਰਨਮੈਂਟ ਨੂੰ ਵੀ ਹਿੱਸਾ ਮਿਲਣਾ ਇਹ ਤੇ ਕੋਈ ਹੈ ਨਹੀਂ ਵੀ ਉਹਨਾਂ ਨੇ ਇੱਕ ਪ੍ਰੋਵਿੰਸ ਨੂੰ ਜ਼ਿਆਦਾ ਦੇਣਾ ਬਾਕੀਆਂ ਨੂੰ ਘੱਟ ਦੇਣਾ ਸੋ ਸਾਨੂੰ ਵੇਟ ਕਰਨਾ ਚਾਹੀਦਾ ਜਿਹੜੀ ਉਹਦੀ ਕਾਸਟ ਹੈ ਬੜੀ ਅਜੀਬ ਜੀ ਗੱਲ ਹੈ ਵੀ ਤੁਸੀਂ ਜੇ ਆਕਸਫੋਰਡ ਤੇ ਉਹ ਜਿਹੜਾ ਇੰਡੀਆ ਦੀ ਕੰਪਨੀ ਨਾਲ ਕੰਮ ਕਰਦੇ ਪਏ ਨੇ ਉਹ 600 ਰੁਪਏ ਦਾ ਹਮਮ ਵੈਕਸੀਨੇਸ਼ਨ ਜੀ ਤੇ ਜਿਹੜੇ ਬਾਕੀ ਨੇ ਡਿਪੈਂਡ ਕਰਦਾ ਵੀ ਉਹਨਾਂ ਦੀ ਕਿੰਨੀ ਕਾਸਟ ਹੈ ਚਾਈਨਾ ਵਾਲੇ ਬਣਾ ਰਹੇ ਨੇ ਹੋ ਸਕਦਾ ਉਹਦੀ ਵੀ ਕਾਸਟ ਘੱਟ ਹੋਵੇ ਰਸ਼ੀਆ ਬਣਾ ਰਿਹਾ ਜੀ ਰਸ਼ੀਆ ਸੋ ਸਾਰੇ ਇਹਦੇ ਵਿੱਚ ਬਹੁਤ ਕੰਪੀਟੀਸ਼ਨ ਚੱਲਣਾ ਸੋ ਉਹ ਜਦੋਂ ਆਏਗਾ ਉਹ ਸਮਝ ਲਈ ਵੀ 2 ਜਾਂ 3 ਮਹੀਨੇ ਮਾਰਚ ਜਾਂ ਅਪ੍ਰੈਲ ਤੱਕ ਕਿ ਜਿਹੜਾ ਜਿਸ ਤਰ੍ਹਾਂ ਯੂਐਸਏ ਵਿੱਚ ਤੇ ਤੁਹਾਨੂੰ ਪਤਾ ਕਿੰਨਾ ਚੱਕਰ ਪਿਆ ਹੁੰਦਾ ਆਲਰੇਡੀ ਕਨਫਿਊਜ਼ਨ ਹੈ ਸੋ ਉਹ ਤੇ ਗੱਲ ਨਹੀਂ ਪਰ ਕੈਨੇਡਾ ਵਿੱਚ ਐਟ ਲੀਸਟ ਸਿਸਟਮ ਆਰਗੇਨਾਈਜ਼ ਹੈ bc ਦਾ ਸਿਸਟਮ ਆਰਗੇਨਾਈਜ਼ ਹੈ ਸੋ ਵੀ نو ਵੀ ਜਦੋਂ ਚੱਲਣਾ ਇਹ ਲੋਕਾਂ ਤੱਕ ਪਹੁੰਚੇਗਾ ਸੋ ਐਨਫ ਜਿਹੜੇ ਨਾ ਪਹਿਲਾਂ ਮਿਲਣਾ ਜਿਸ ਤਰ੍ਹਾਂ ਕਾਮਨ ਕਾਮਨ ਸੈਂਸ ਵਿੱਚ ਜਿਹੜੇ ਫਰਸਟ ਰਿਸਪੌਂਡਰ ਨੇ ਉਹਨਾਂ ਨੂੰ ਸੈਕੰਡ ਹੈਗਾ ਵਿੱਚ ਜਿਨ੍ਹਾਂ ਨੂੰ ਜ਼ਿਆਦਾ ਪਰਸਨਲ ਕੇਅਰ ਹੋਵੇ ਵਿੱਚ ਮੁਸ਼ਕਲਾਂ ਨੇ ਉਹਨਾਂ ਨੂੰ ਉਹਨਾਂ ਨੂੰ ਲਾਣਾ ਇੰਜੈਕਸ਼ਨ ਉਸ ਤੋਂ ਇਲਾਵਾ ਫਿਰ ਡਿਪੈਂਡ ਕਰਦਾ ਵੀ ਜੇ ਇੰਜੈਕਸ਼ਨ ਜਿਹੜਾ ਪਹਿਲਾ ਲਾਇਆ ਉਹਦੀ ਉਹਦੇ ਕਿੰਨੇ ਸਾਈਡ ਇਫੈਕਟ ਨੇ ਉਹਦੀ ਐਫੀਕੇਸੀ ਕਿੰਨੀ ਹੈ ਦੁਬਾਰਾ ਕਦੋਂ ਰਿਪੀਟ ਕਰਨਾ ਪੈਣਾ 6 ਮਹੀਨਿਆਂ ਬਾਅਦ 1 ਸਾਲ ਮਹੀਨਿਆਂ ਬਾਅਦ ਇਸ ਸਾਲ ਦੇ ਬਾਅਦ ਜਾਂ ਡੋਜ਼ ਕਿੰਨੀ ਇੱਕ ਡੋਜ਼ ਜਾਂ ਦੋ ਡੋਜ਼ ਜਾਂ ਤਿੰਨ ਡੋਜ਼ਸ ਨੇ ਉਹ ਸਾਰਾ ਡਿਸੀਜਨ ਜਿਹੜਾ ਨਾ ਉਹਦੇ ਤਰੀਕੇ ਦੇ ਨਾਲ ਹੋਣਾ ਹੈ ਹੁਣ ਉਹ ਸਾਨੂੰ ਫੇਰ ਕਰਨ ਦੀ ਜ਼ਰੂਰਤ ਕੋਈ ਨਹੀਂ ਵੀ ਸ਼ੁੱਡ ਬੀ ਸਾਨੂੰ ਚਾਹੀਦਾ ਬੜਾ ਓਪਨ ਮਾਈਂਡ ਰੱਖ ਕੇ ਕਿਉਂਕਿ ਸਰਕਾਰ ਨੇ ਸਭ ਨੂੰ ਪ੍ਰੋਵਾਈਡ ਕਰਨਾ ਸਾਡਾ ਦੇ ਸਿਸਟਮ ਬੜਾ ਕਲੀਅਰ ਹੈ ਬਈ ਯੂਨੀਵਰਸਲ ਹੈਲਥ케ਅਰ ਸਿਸਟਮ ਹੈ ਲੋਕੀ ਟੈਕਸ ਪੇ ਕਰਕੇ ਤੇ ਸਾਰਾ ਸਾਰਾ ਕੁਝ ਕਵਰ ਹੋਣਾ ਸੋ ਦੈਟ ਇਜ਼ ਅ ਗੁੱਡ ਨਿਊਜ਼ ਵੀ ਕੈਨੇਡਾ ਵਿੱਚ ਕੋਈ ਇਸ਼ੂ ਨਹੀਂ ਹੈਗਾ ਇਹ ਗੱਲ ਦਾ ਪਰ ਮੇਨ ਜਿਹੜਾ ਅਖੀਰ ਤੇ ਫੋਕਸ ਰੱਖੋ ਉਹ ਹੈਗੀ ਹੈ ਉਹ A B C D E F ਤੱਕ ਆਪਾਂ ਆਪਾਂ ਉਹ ਪਤਾ ਨਹੀਂ ਵੀ ਆਪਾਂ ਕਦੋਂ ਪਹੁੰਚਣਾ ਪਰ ਆਉਣ ਵਾਲੇ ਸਾਲਾਂ ਵਿੱਚ 2 ਜਾਂ 3 ਜਾਂ 4 ਮਹੀਨਿਆਂ ਵਿੱਚ ਜਦੋਂ ਇਸ ਚੀਜ਼ ਦਾ ਕੰਟਰੋਲ ਸ਼ੁਰੂ ਹੋਣਾ ਹੋ ਗਿਆ ਆਪਣੇ ਆਪ ਲੋਕਾਂ ਨੂੰ ਫਾਇਦਾ ਹੋਣਾ ਤੇ ਫਿਰ ਉਹ ਜਿਹੜੀਆਂ ਨਾ ਜਿਹੜੀਆਂ ਪ੍ਰਿਕਾਸ਼ਨਸ ਨੇ ਉਹ ਫਾਲੋ ਕਰਨੀਆਂ ਪੈਣਗੀਆਂ ਪਲੱਸ ਜਿਹੜੀਆਂ ਇਹਦੀਆਂ ਨੰਬਰ ਆਫ ਥੀਰੀਜ਼ ਨੇ ਅਕ੍ਰੋਸ ਦ ਵਰਡ ਕਿ ਇੱਕ ਇੱਕ ਕੰਟਰੀ ਵਿੱਚ ਘਟ ਕਿਉਂ ਦੂਜੇ ਕਿਉਂ ਵਧਿਆ ਇੱਕ ਦੇ ਵਿੱਚ ਜਿਹੜੇ ਗਰੀਬ ਮੁਲਕ ਨੇ ਉਹਨਾਂ ਦਾ ਕੀ ਬਣੇਗਾ ਕਿਉਂਕਿ ਜਿੰਨੀ ਦੇਰ ਤੱਕ ਇਸ ਸਾਰੀ ਦੁਨੀਆ ਵਿੱਚ ਇਧਰ ਕਵਰੇਜ ਨਹੀਂ ਹੋਇਆ ਉਹ ਨਹੀਂ ਦੇ ਤੱਕ ਪ੍ਰੋਬਲਮ ਨਹੀਂ ਜਾਣੀ ਜੀ ਡਾਕਟਰ ਸਾਹਿਬ ਲਗਭਗ ਸਮਾਪਤ ਹੋ ਗਿਆ ਤੁਸੀਂ ਵਡਮੁੱllੀਆਂ ਜਾਣਕਾਰੀਆਂ ਸਾਂਝੀ ਕੀਤੀ ਨੇ ਫਿਰ ਕਿਸ ਦਿਨ ਸੱਦਾ ਤੁਹਾਨੂੰ ਦੇਾਂਗੇ ਜਰੂਰ ਆਇਓ ਜੀ ਧੰਨਵਾਦ ਸਤਿ ਸ਼੍ਰੀ ਅਕਾਲ ਜੀ ਥੈਂਕ ਯੂ ਸੋ ਮੱਚ ਜੀ ਦੋਸਤੋ ਇਸ ਸਨ ਡਾਕਟਰ ਗੁਲਜ਼ਾਰ ਟੀਮਾ ਜਿਨ੍ਹਾਂ ਨੇ ਕੋਵਿਡ 19 ਦੇ ਮੁਤਲਕ ਪੂਖਤਾ ਜਾਣਕਾਰੀ ਸਾਡੇ ਨਾਲ ਤੁਹਾਡੇ ਨਾਲ ਸਾਂਝੀ ਕੀਤੀ ਹੈ ਡਾਕਟਰ ਸਾਹਿਬ ਦਾ ਜਿੱਥੇ ਧੰਨਵਾਦ ਕਰਦੇ ਹਾਂ ਉੱਥੇ ਸਮਾ ਸਾਂਝਾ ਕਰਨ ਵਾਸਤੇ ਤੁਹਾਡਾ ਵੀ ਦਿਲੋਂ ਧੰਨਵਾਦ ਹੈ ਜਾਣ ਤੋਂ ਪਹਿਲਾਂ ਕਹਾਂਗਾ ਜ਼ਿੰਦਗੀ ਜਿੰਦਾਦਰੀ ਦਾ ਨਾਮ ਹੈ ਦਵਿੰਦਰ ਸਿੰਘ ਬੈਣੀਪਾਲ ਨੂੰ ਆਗਿਆ ਦਿਓ ਸਤਰੀ ਕਾਲ ਤੇ ਤੁਸੀਂ ਦੇਖਦੇ ਰਹੋ ਸਾਂਝਾ ਟੀਵੀ